ਇੰਡੀਆ ਨਿਊਜ਼ ਤੇ ਸਵਾਗਤ ਹੈ ਤੁਹਾਡਾ। ਖਬਰਾਂ ਦਾ ਸਿਲਸਿਲਾ ਜਾਰੀ ਹੈ ਇੰਡੀਆ ਨਿਊਜ਼ ਤੇ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਕਿ ਐਨਡੀਏ 290 ਸੀਟਾਂ ਤੇ ਬੜਤ ਬਣਾਏ ਹੋਏ ਹੈ ਤੇ ਇੰਡੀਆ ਗਠਬੰਧਨ ਜੋ ਹੈ ਉਹ 219 ਸੀਟਾਂ ਤੇ ਬੜਤ ਬਣਾਏ ਹੋਏ ਹੈ ਤੇ ਅਦਰਸ ਦੀ ਗੱਲ ਕਰੀਏ ਤਾਂ 31 ਸੀਟਾਂ ਤੇ ਬੜਤ ਬਣਾਈ ਹੋਈ ਹੈ ਅਦਰਸ ਨੇ ਤੇ ਬਹੁਤ ਹੀ ਦਿਲਚਸਪ ਮੁਕਾਬਲਾ ਹੈ। ਜੋ ਐਗਜ਼ਿਟ ਪੋਲ ਦੇ ਜੋ ਨਤੀਜੇ ਆਏ ਸੀ ਉਸ ਤੋਂ ਬਿਲਕੁਲ ਉਲਟ ਨਤੀਜੇ ਤੇ ਰੁਝਾਨ ਆਉਂਦੇ ਨਜ਼ਰ ਆ ਰਹੇ ਨੇ ਤੇ ਇਸ ਵਕਤ ਰੁਝਾਨਾਂ ਦੇ ਵਿੱਚ 290 ਸੀਟਾਂ ਤੇ ਜੋ ਹੈ ਐਨਡੀਏ ਅੱਗੇ ਚੱਲ ਰਿਹਾ ਹੈ ਤੇ ਇੰਡੀਆ ਗਠਬੰਧਨ 222 ਸੀਟਾਂ ਤੇ ਅੱਗੇ ਚੱਲ ਰਿਹਾ ਤੇ ਅਦਰਸ 29 ਸੀਟਾਂ ਤੇ ਅੱਗੇ ਚੱਲਦੇ ਨਜ਼ਰ ਆ ਰਹੇ ਨੇ। ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਬਹੁਤ ਅੱਗੇ ਚੱਲ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅੱਗੇ ਚੱਲ ਰਹੇ ਨੇ, 72,000 ਵੋਟਾਂ ਨਾਲ ਅੱਗੇ ਹੋ ਗਏ ਨੇ ਗੁਰਪ੍ਰੀਤ ਸਿੰਘ ਜੀਪੀ। ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ 72,542 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ। ਗੁਰਪ੍ਰੀਤ ਸਿੰਘ ਜੀਪੀ ਹਾਲ ਹੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ। ਬਸੀ ਪਠਾਣਾ ਤੋਂ ਵਿਧਾਇਕ ਸਿੰਘ ਪਿਛਲੀ ਸਰਕਾਰ ਦੇ ਵਿੱਚ ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ 72,542 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ। ਅਗਰ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਅੱਗੇ ਚੱਲ ਰਹੇ ਨੇ। ਖਡੂਰ ਸਾਹਿਬ ਦੇ ਉੱਤੋਂ ਗੱਲ ਕਰੀਏ ਤਾਂ ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਨੇ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਨੇ 72,542 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੇ 72,542 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਤੇ ਦੂਜੇ ਪਾਸੇ ਗੱਲ ਕਰੀਏ ਜਲੰਧਰ ਤੋਂ ਤਾਂ ਜਲੰਧਰ ਤੋਂ ਜੋ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਹ ਅੱਗੇ ਚੱਲ ਰਹੇ ਨੇ। ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਨੇ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ। ਤੇ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਗੁਰਪ੍ਰੀਤ ਸਿੰਘ ਜੀਪੀ 72,000 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ 1,807 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਵੱਡਾ ਫਸਮਾ ਮੁਕਾਬਲਾ ਚੱਲ ਰਿਹਾ ਹੈ, 1,807 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ। ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਗਲਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਭਾਰਤੀ ਜਨਤਾ ਪਾਰਟੀ ਤੋਂ ਸੁਭਾਸ਼ ਸ਼ਰਮਾ ਉਮੀਦਵਾਰ ਸੀ, ਇਹਨਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਸੀਗਾ। ਤੇ ਇਸ ਵਕਤ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਅੱਗੇ ਚੱਲ ਰਹੇ ਨੇ। ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹ 1,800 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ। ਜੋ ਵੱਡੀ ਖਬਰ ਹੈ ਫਤਿਹਗੜ੍ਹ ਸਾਹਿਬ ਤੋਂ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਮਾਰਜਨ ਨਾਲ ਅੱਗੇ ਚੱਲ ਰਹੇ ਨੇ। ਤੇ ਇਸ ਵਕਤ ਸਾਡੇ ਨਾਲ ਡਿਬੇਟ 'ਚ ਮੌਜੂਦ ਨੇ ਆਰਪੀਐਸ ਮਲਹੋਤਰਾ ਜੀ ਆਮ ਆਦਮੀ ਪਾਰਟੀ ਨੇ ਤੋਂ ਨੇ, ਅਤੇ ਭਾਰਤੀ ਜਨਤਾ ਪਾਰਟੀ ਤੋਂ ਪ੍ਰੋਫੈਸਰ ਸਰਚੰਦ ਸਿੰਘ ਅਤੇ ਕਾਂਗਰਸ ਪਾਰਟੀ ਤੋਂ ਕੁਲਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਨਾਲ ਜੁੜਨ ਦੇ ਲਈ। ਅਤੇ ਮੇਰਾ ਸਭ ਤੋਂ ਪਹਿਲਾਂ ਸਵਾਲ ਪ੍ਰੋਫੈਸਰ ਸਰਚੰਦ ਸਿੰਘ ਜੀ ਨੂੰ ਹੈ, ਭਾਰਤੀ ਜਨਤਾ ਪਾਰਟੀ ਨੂੰ,
ਤੇ ਜੋ ਐਗਜ਼ਿਟ ਪੋਲ ਦੇ ਵਿੱਚ ਨਤੀਜੇ ਆ ਰਹੇ ਸੀ ਤੇ ਜੋ ਰੁਝਾਨ ਇਸ ਵਕਤ ਚੱਲ ਰਹੇ ਨੇ ਉਸ ਤੋਂ ਬਿਲਕੁਲ ਵੱਖ ਨਜ਼ਰ ਆ ਰਹੇ ਨੇ ਤੇ ਇਸ ਵਕਤ NDA 541 543 ਚੋਂ 541 ਸੀਟਾਂ ਦਾ ਰੁਝਾਨ ਆ ਚੁੱਕਿਆ ਤੇ NDA 291 ਸੀਟਾਂ ਦੇ ਅੱਗੇ ਹੈ ਤੇ ਇੰਡੀ ਗਠਬੰਧਨ 222 ਤੇ ਅਦਰਸ 29 ਸੀਟਾਂ ਤੇ ਅੱਗੇ ਚੱਲਦੇ ਨਜ਼ਰ ਆ ਰਹੇ ਨੇ। ਤਾਂ ਸਰਚੰਦ ਜੀ ਕੀ ਏਦਾਂ ਕੀ 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 ਤੁਸੀਂ ਕੋਈ ਕੈਲਕੂਲੇਸ਼ਨ ਦੇ ਵਿੱਚ ਕੋਈ ਫਰਕ ਪੈ ਗਿਆ ਭਾਰਤੀ ਜਨਤਾ ਪਾਰਟੀ? ਮੇਰੇ ਖਿਆਲ 'ਚ ਸਾਡੇ ਕੈਲਕੂਲੇਸ਼ਨ ਦੇ ਵਿੱਚ ਤਾਂ ਕੋਈ ਫਰਕ ਨਹੀਂ ਪਿਆ, ਤੁਹਾਨੂੰ ਦੱਸਣ ਵਾਲਿਆਂ ਤੋਂ ਥੋੜ੍ਹਾ ਜਿਹਾ ਫਰਕ ਪੈ ਗਿਆ। ਤੁਸੀਂ ਦੁਬਾਰਾ ਫਿਰ ਚੈੱਕ ਕਰਕੇ ਵੇਖੋ, BJP ਇਸ ਵੇਲੇ 306 ਸੀਟਾਂ 'ਤੇ ਅੱਗੇ ਜਾ ਰਹੀ ਹੈ, ਕਾਂਗਰਸ ਜਿਹੜੀ ਆ 200 ਸੀਟਾਂ 'ਤੇ ਆ, ਤੇ ਜੋ ਐਗਜ਼ਿਟ ਪੋਲ ਹੈ ਉਹਦੇ ਨਾਲੋਂ ਸਾਡਾ ਇਸ ਵੇਲੇ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆ ਰਿਹਾ। ਔਰ ਜਦੋਂ ਚੋਣਾਂ ਦਾ ਰੁਝਾਨ ਹੁਣ ਚੱਲ ਰਿਹਾ ਹੈ, ਪਰ ਜਦੋਂ ਚੋਣਾਂ ਦਾ ਰਿਜ਼ਲਟ ਆਏਗਾ ਪੂਰੀ ਤਰ੍ਹਾਂ, ਉਸ ਵੇਲੇ ਤੁਸੀਂ ਦੇਖੋਗੇ ਕਿ ਜੋ ਐਗਜ਼ਿਟ ਪੋਲ ਨੇ ਕਿਹਾ 350 ਸੀਟਾਂ ਤੋਂ ਵੱਧ ਜਿਹੜੀ ਆ ਇਕੱਲੇ ਹੀ BJP ਹਾਸਲ ਕਰੇਗੀ। ਔਰ ਗੱਠਜੋੜ ਦੇ ਵਿੱਚ ਉਮੀਦ ਕਰਦਾ ਹਾਂ ਕਿ NDA ਨੂੰ ਕਾਫੀ ਸਾਨੂੰ ਕਾਫੀ ਲਾਭ ਹੋਏਗਾ ਜਿਵੇਂ ਕਿਹਾ ਗਿਆ ਸੀ ਜੀ। ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੇਨ ਸਟਾਰ ਕੰਪੇਨਰ ਨਰਿੰਦਰ ਮੋਦੀ ਉਹ ਪਿੱਛੇ ਚੱਲ ਰਹੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਕੁਝ ਅੱਗੇ ਕੁਝ ਪਿੱਛੇ ਇਹ ਚੱਲਦੇ ਰਹਿਣੇ ਆ, ਇਸ ਵਿੱਚ ਬਹੁਤਾ ਸਾਨੂੰ ਧਿਆਨ ਦੇਣ ਨਾਲ ਤੁਸੀਂ ਉਡੀਕ ਕਰੋ। ਮੋਦੀ ਜੀ ਨੇ ਜਿਵੇਂ ਗੇਰ ਕੀਤਾ ਸਾਰੇ ਹਿੰਦੁਸਤਾਨ ਦੇ ਵਿੱਚ, ਮੋਦੀ ਜੀ ਦੇ ਨਾਂ ਤੇ ਐਤਕੀ ਵੋਟਾਂ ਪਈਆਂ ਨੇ, ਇਸ ਕਰਕੇ ਅਸੀਂ ਉਮੀਦ ਆ, ਸਾਨੂੰ ਯਕੀਨ ਆ ਕਿ ਮੋਦੀ ਜੀ ਦੀ ਜਿੱਤ, ਜਿਹੜੀ ਪੂਰੀ ਇੰਡੀਆ ਦੀ ਜਿੱਤ ਹੀ ਮੋਦੀ ਜੀ ਦੀ ਜਿੱਤ ਹੈ, ਇਕੱਲੇ ਸੀਟ ਦੀ ਨਹੀਂ ਜੀ। ਤੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਖਾਤਾ ਖੁੱਲਦਾ ਵੀ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਇੰਨੀ ਕਾਹਲੀ ਪੈਣ ਦੀ ਲੋੜ ਨਹੀਂ, ਖਾਤਾ ਖੁੱਲੇਗਾ ਔਰ ਵਧੀਆ ਰਿਸਪੌਂਸ ਵੀ ਲੋਕ ਦੇ ਰਹੇ ਨੇ, ਔਰ ਸਾਡੀ ਜਿਹੜੀ ਆ ਰਿਜ਼ਲਟ ਆ ਲੈਂਦੇ ਹੋ ਤੁਹਾਨੂੰ ਸਾਫ਼ ਨਜ਼ਰ ਆਏਗਾ ਕਿ ਅਸੀਂ ਕਿੱਥੇ ਖੜੇ ਹਾਂ। ਤੇ ਵੈਸੇ ਤਾਂ ਤੁਹਾਨੂੰ ਵੀ ਪਤਾ ਹੈ ਕਿ ਪਹਿਲਾਂ ਅਸੀਂ ਕੇਵਲ ਤੇ ਕੇਵਲ 13 ਸੀਟਾਂ ਤੇ ਚੋਣ ਲੜਦੇ ਹਾਂ, ਇਸ ਵਾਰ ਅਸੀਂ ਪੂਰੇ ਪੰਜਾਬ ਤੇ 13 ਤੇ 13 ਸੀਟਾਂ ਤੇ ਅਸੀਂ ਆਪਣੇ ਉਮੀਦਵਾਰ ਉਤਾਰੇ ਨੇ। ਇਸ ਕਰਕੇ ਜਿੱਤ ਤਾਂ ਸਾਡੀ ਪਹਿਲਾਂ ਹੀ ਹੋ ਚੁੱਕੀ ਆ, ਕਿਉਂਕਿ ਐਡੇ ਇੱਕ ਛੋਟੇ ਗਿਣਤੀ ਦੇ ਵਿੱਚ ਆਣ ਕੇ ਵੀ ਅਸੀਂ ਹੁਣ ਸਾਰੇ ਪੰਜਾਬ ਦੇ ਵਿੱਚ ਅਸੀਂ ਪੈਰ ਪਸਾਰ ਚੁੱਕੇ ਹਾਂ, ਤੇ ਮੈਂ ਸਮਝਦਾ ਸਭ ਤੋਂ ਪਹਿਲੀ ਜਿੱਤ ਤਾਂ ਸਾਡੀ ਇਹੀ ਹੈ। ਬਾਕੀ ਚੋਣਾਂ ਦਾ ਰੁਝਾਨ ਜੇ ਚੱਲ ਰਿਹਾ ਹੈ, ਆ ਲੈਂਦੇ ਹੋ ਰਿਜ਼ਲਟ ਆ ਲੈਂਦੇ ਹੋ, ਫਿਰ ਤੁਹਾਨੂੰ ਵੀ ਜਿਹੜੇ ਭੁਲੇਖੇ ਆ ਸਾਰੇ ਨਿਕਲ ਜਾਣਗੇ, ਮੈਂ ਉਮੀਦ ਕਰਦਾ। ਦੇਖੋ ਇਹ ਤਾਂ ਜਨਤਾ ਦਾ ਮੈਂਡੇਟ ਹੈ, ਨਾ ਸਾਨੂੰ ਕੋਈ ਭੁਲੇਖ ਹੈ ਜੀ, ਤੇ ਜੋ ਜੋ ਸਕਰੀਨ ਤੇ ਨਜ਼ਰ ਆ ਰਿਹਾ ਸੀ ਉਹ ਤੁਹਾਨੂੰ ਅਪਡੇਟ ਕਰ ਰਹੇ ਹਾਂ। ਤੇ ਇਸ ਵਕਤ NDA 308 ਸੀਟਾਂ ਤੇ ਅੱਗੇ ਹੋ ਗਿਆ ਤੇ ਇੰਡੀ ਗਠਬੰਧਨ 206 ਸੀਟਾਂ ਤੇ। ਤੇ ਸਾਡੇ ਨਾਲ ਕੁਲਜੀਤ ਸਿੰਘ ਜੀ ਜੁੜੇ ਹੋਏ ਹਾਂ। ਕੁਲਜੀਤ ਜੀ, ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਹੈ ਉਹ ਕਾਫੀ ਲਗਭਗ 7-8 ਸੀਟਾਂ ਤੇ ਅੱਗੇ ਚੱਲਦੀ ਨਜ਼ਰ ਆ ਰਹੀ ਹੈ, ਤੇ ਚਰਨਜੀਤ ਸਿੰਘ ਚੰਨੀ ਜੋ ਨੇ ਜਲੰਧਰ ਦੇ ਵਿੱਚੋਂ ਕਾਫੀ ਵੱਡੇ ਮਾਰਜਨ ਨਾਲ ਲੀਡ ਹਾਸਲ ਕੀਤੀ ਹੋਈ ਹੈ, ਤੇ ਰਾਜਾ ਵੜਿੰਗ ਵੀ ਅੱਗੇ ਚੱਲ ਰਹੇ ਨੇ। ਤੇ ਕੀ ਕੀ ਖਾਸ ਮੁੱਦੇ ਰਹੇ ਇਸ ਵਾਰ ਜੋ ਲੋਕਾਂ ਨੇ ਕਾਂਗਰਸ ਪਾਰਟੀ ਦਾ ਰੁਖ ਕੀਤਾ? ਬਿਲਕੁਲ ਤੁਹਾਡੀ ਗੱਲ, ਬਿਲਕੁਲ ਹਮੇ ਪੂਰੀ ਆਸ਼ਾ ਹੈ ਕਿ ਹਮ ਜੀਤ ਪ੍ਰਾਪਤ ਕਰ ਰਹੇ ਹੈ, ਔਰ ਹਮਾਰੇ ਬਹੁਤ ਸਾਰੇ ਕੈਂਡੀਡੇਟ ਤੋਂ ਪਹਿਲੇ ਰੁਝਾਨੋਂ ਮੇ ਆਗੇ ਹੈ ਔਰ ਬਹੁਤ ਸਾਰੇ ਸੈਕਿੰਡ ਪੇ ਚੱਲ ਰਹੇ ਹੈ, ਔਰ ਅਭੀ ਰਿਜ਼ਲਟ ਆਨਾ ਬਾਕੀ ਹੈ। ਜਬ ਰਿਜ਼ਲਟ ਆਏਗਾ ਤੋ ਮੈਂ ਸਮਝਦਾ ਹੂੰ ਸਭੀ ਉਮੀਦਵਾਰ ਹਮਾਰੇ ਜੀਤ ਜਾਏਂਗੇ।
देखो अब तो मैं समझता हूँ कोई समय बाकी नहीं बचा, अब तो थोड़े घंटे बाकी बचे हैं, 5-6 घंटे वेट करने की बात है, उसके बाद रिजल्ट आपके सामने आ जाएगा। पर मैं समझता हूँ कि आम आदमी पार्टी ने सरदार भगवंत सिंह मान जी के नेतृत्व में 2 साल बहुत काम किए हैं, हमें अच्छा रिजल्ट आने की आशा है। हम लोगों की लोगों जितने हम वादे करके आए थे उनमें से बहुत सारे वादे पूरे किए, सो हमें आशा है कि हम बहुत सीटों पर जीत प्राप्त कर रहे हैं। घंटे का रोजाना है, घंटे में बेल्ट पेपर की गिनती हुई है या अभी मशीनें खुलनी स्टार्ट हुई हैं, तो मैं समझ जल्दबाजी होगा कि हम अभी कमेंट करें, तो हमें वेट करना चाहिए। मेरे को लगता है इंडिया अलायंस जीतेगा। कुलजीत जी, हरपाल चीमा प्रेस कॉन्फ्रेंस कर रहे थे उन्हें कि कहते कि इंडिया गठबंधन जीतेगा ते सरकार बनाएगा, की कहना चाहते हो? ਜਿਸ ਐਗਜ਼ਿਟ ਪੋਲਾਂ ਦੇ ਵਿੱਚ ਗੋਤੀ ਮੀਡੀਆ ਨੇ ਦੇਸ਼ ਦਾ ਜਿਹੜਾ ਪੂਰੇ ਵਰਲਡ ਦੇ ਵਿੱਚ ਨਕਾਰਿਆ ਹੋਇਆ ਮੀਡੀਆ, ਜਿਹਦੀ ਇਮੇਜ ਇੰਨੀ ਖਰਾਬ ਹੋ ਚੁੱਕੀ ਹੈ ਪੂਰੇ ਵਰਲਡ ਤੇ, 138ਵੇਂ ਸਥਾਨ ਦੇ ਉੱਤੇ ਜਾ ਚੁੱਕਿਆ ਵਾ ਜਿਹੜਾ ਮੀਡੀਆ, ਉਹ ਇੱਕ ਦਿਨ ਪਹਿਲਾਂ ਆਪਦੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਦਿਨ 72 ਸੀਟਾਂ ਯੂਪੀ ਦੇ ਵਿੱਚੋਂ ਦੇ ਦਿੱਤੀਆਂ, 400 ਸੀਟਾਂ ਦਾ ਆਂਕੜਾ ਪਾਰ ਕਰੇਗੀ ਭਾਜਪਾ ਐਨਡੀਏ। ਪਰ ਅੱਜ ਹਾਲਾਤ ਦੇਖੋ, ਯੂਪੀ ਦੇ ਵਿੱਚ 48 ਸੀਟਾਂ ਦੇ ਉੱਤੇ ਇੰਡੀਆ ਅਲਾਇੰਸ ਲੀਡ ਕਰ ਰਿਹਾ ਜੀ। ਮੈਂ ਹਲੇ ਇਹ ਵੀ ਕਹਿੰਦਾ ਕਿ ਅਸੀਂ ਜਿੱਤ ਗਏ ਹਾਂ, ਹਲੇ ਲੱਖ ਵੋਟ ਦੀ ਕਾਊਂਟਿੰਗ ਵੀ ਨਹੀਂ ਹੋਈ ਹੈ, ਪਰ ਜੋ ਹਾਲਾਤ ਦਿਖ ਰਹੇ ਆ, ਜਿਸ ਹਿਸਾਬ ਨਾਲ ਨਰਿੰਦਰ ਮੋਦੀ ਸਾਹਿਬ ਪਹਿਲੇ ਜਿਹੜੀ ਬੈਲਟ ਪੇਪਰ ਦੇ ਕਾਊਂਟਿੰਗ ਦੇ ਵਿੱਚ ਪਿੱਛੇ ਚੱਲ ਰਹੇ ਸੀ, ਇਸ ਤੋਂ ਪਤਾ ਲੱਗਦਾ ਕਿ ਦੇਸ਼ ਦੀ ਐਡਮਿਨਿਸਟ੍ਰੇਟਿਵ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੇਸ਼ ਦੀ ਸੱਤਾ ਤੋਂ ਦੁਖੀ ਸੀ। ਜਿੱਥੇ ਅਫਸਰ ਸ਼ਾਹੀ ਦੁਖੀ ਸੀ ਉੱਥੇ ਲੋਕ ਤਾਂ ਦੁਖੀ ਹੋਣਗੇ ਹੋਣਗੇ। ਸੋ ਦੇਸ਼ ਦਾ ਸੰਵਿਧਾਨ ਤੇ ਦੇਸ਼ ਦਾ ਲੋਕਤੰਤਰ ਬਚਾਉਣ ਵਾਸਤੇ ਲੜਾਈ ਜਿਹੜੀ ਕਾਂਗਰਸ ਤੇ ਇੰਡੀਆ ਅਲਾਇੰਸ ਨੇ ਵਿੱਢੀ ਸੀ, ਅੱਜ ਲੋਕਾਂ ਨੇ ਜਨ ਆਧਾਰ ਇੰਡੀਆ ਵੱਲ ਨੂੰ ਦੇਣ ਦੀ ਜਿਹੜੀ 1 ਤਰੀਕ ਨੂੰ ਜਿਹੜਾ ਦੇ ਦਿੱਤਾ ਆ, ਤੇ ਅੱਜ ਜਿਹੜੇ ਨਤੀਜੇ ਆ ਉਹਦੇ ਵਿੱਚ ਤਬਦੀਲ ਹੁੰਦੇ ਨਜ਼ਰ ਆਉਣਗੇ ਸ਼ਾਮ ਤੱਕ। ਸੋ ਕੁਲਜੀਤ ਜੀ, ਜਿਹੜਾ ਵਿਪਕਸ਼ ਹੈ ਜਾਂ ਤਾਂ ਉਹ ਮੀਡੀਆ ਤੇ ਸਵਾਲ ਚੱਕਦਾ ਤੇ ਜਾਂ ਫਿਰ ਜਦੋਂ ਹਾਰ ਜਾਂਦਾ ਤਾਂ ਈਵੀਐਮ ਮਸ਼ੀਨਾਂ ਤੇ ਸਵਾਲ ਚੱਕਦਾ, ਤੇ ਅੱਜ ਹੁਣ ਜੋ ਇਸ ਵਕਤ ਰੁਝਾਨ ਆ ਰਹੇ ਨੇ ਤਾਂ ਤੁਸੀਂ ਈਵੀਐਮ ਬਾਰੇ ਤੁਹਾਡਾ ਇਸ ਵੇਲੇ ਕੀ ਵਿਚਾਰ ਹੈ? ਇਹਦੇ ਵਿੱਚ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੀ। ਇਹ ਤੁਸੀਂ ਤੁਹਾਨੂੰ ਯਾਦ ਹੋਏਗਾ ਜਦੋਂ ਲਾਸਟ ਲੋਕ ਸਭਾ ਦਾ ਸੈਸ਼ਨ ਸੀਗਾ, ਮੋਦੀ ਸਾਹਿਬ ਵੱਲੋਂ ਇੱਕ ਨਾਰਾ ਦਿੱਤਾ ਜਾਂਦਾ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ 400 ਇਸ ਵਾਰ 400 ਪਾਰ ਜੀ, ਫਿਰ ਉਸ ਨੈਰੇਟਿਵ ਨੂੰ ਸੈੱਟ ਕਰਨ ਲਈ ਮੀਡੀਆ ਦਾ ਜ਼ੋਰ ਲੱਗਿਆ। ਫਿਰ ਜਿਹੜੀ ਅੱਜ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ, ਉਹ ਪੂਰੇ ਭਾਰਤ ਦੇ ਲੋਕ ਜਾਣਦੇ, ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ, ਉਹ ਬਿਹਤਰ ਸਾਰੇ ਭਾਰਤ ਦੇ ਲੋਕ ਜਾਣਦੇ ਆ ਕਿ ਇਲੈਕਸ਼ਨ ਕਮਿਸ਼ਨ ਨੇ ਕਿੱਦਾਂ ਬੀਜੇਪੀ ਦਾ ਹੱਥ ਟੋਕਾ ਬਣ ਕੇ ਆਪਦੀ ਭੂਮਿਕਾ ਨਿਭਾਈ ਆ। ਕਿਉਂਕਿ ਇਲੈਕਸ਼ਨ ਦੇ ਵਿੱਚ ਕੰਪਲੇਂਟ ਜਿਹੜੀ ਕੀਤੀ ਜਾਂਦੀ ਹੁੰਦੀ ਸੀ ਨਰਿੰਦਰ ਮੋਦੀ ਜੀ ਦੇ ਖਿਲਾਫ ਕੀਤੀ ਜਾਂਦੀ ਸੀ, ਤੇ ਉਹਦਾ ਨੋਟਿਸ ਜਿਹੜਾ ਜੇਪੀ ਨੱਡਾ ਨੂੰ ਦਿੱਤਾ ਜਾਂਦਾ ਸੀ। ਸੋ ਕਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਤੇ ਬਾਕੀ ਸੰਸਥਾਵਾਂ ਤੇ ਗੋਤੀ ਮੀਡੀਆ ਜਿਨ੍ਹਾਂ ਦੇ ਆਕਾ 18 ਚੈਨਲਾਂ ਦੇ ਵਿੱਚ, ਜਿਹਨਾਂ ਦੇ ਭਾਈਵਾਲ ਨੇ ਅੰਬਾਨੀ 10 ਚੈਨਲਾਂ ਦੇ ਵਿੱਚ, ਭਾਈਵਾਲ ਨੇ ਅਡਾਨੀ, ਤੇ ਫਿਰ ਉਹ ਆਪਦੇ ਆਕਾਵਾਂ ਨੂੰ ਇਹਦੇ ਵਿੱਚ ਇੱਕ ਹੋਰ ਪੋਲਿਟਿਕਸ ਤੋਂ ਹਟ ਕੇ ਇੱਕ ਹੋਰ ਫੈਕਟਰ ਵੀ ਹੈ ਜੀ,
ਤੇ ਸਾਡੇ ਨਾਲ ਆਰਪੀਐਸ ਮਲਹੋਤਰਾ ਜੀ ਵੀ ਜੁੜ ਚੁੱਕੇ ਨੇ। ਸਵਾਗਤ ਹੈ ਮਲਹੋਤਰਾ ਸਾਹਿਬ ਤੁਹਾਡਾ ਇੰਡੀਆ ਨਿਊਜ਼ ਤੇ। ਮਲਹੋਤਰਾ ਸਾਹਿਬ, 13-0 ਦੀ ਗੱਲ ਹੋ ਰਹੀ ਸੀ, 13-0 ਭਗਵੰਤ ਮਾਨ ਵਾਰ ਵਾਰ ਨਾਰਾ ਦੇ ਰਹੇ ਸੀਗੇ, ਤੇ ਤੁਹਾਡੀ ਜਿਹੜੀ ਇੰਡੀ ਗਠਬੰਧਨ ਦੀ ਭਾਈਵਾਲ ਪਾਰਟੀ ਹੈ ਉਹ ਤੁਹਾਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ, ਕਿੱਥੇ ਕਮੀ ਰਹਿ ਗਈ? ਨਹੀਂ ਦੇਖੋ, ਅਜੇ ਤਾਂ ਅੱਧੀਆਂ ਵੋਟਾਂ ਵੀ ਕਾਊਂਟ ਨਹੀਂ ਹੋਈਆਂ, ਅਜੇ ਤਾਂ ਇਹ ਜਸਟ ਇਨੀਸ਼ੀਅਲ ਟ੍ਰੈਂਡਸ ਨੇ। 1 ਵਜੇ ਤੱਕ, ਘੱਟੋ ਘੱਟ 1-2 ਵਜੇ ਤੱਕ ਵੋਟਿੰਗ ਚੱਲਣੀ ਹੈ, ਅਜੇ ਤਾਂ ਅੱਧੀਆਂ ਵੋਟਾਂ ਵੀ ਕਾਊਂਟ ਨਹੀਂ ਹੋਈਆਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਬਹੁਤ ਅੱਛਾ ਪਰਫਾਰਮ ਕਰਾਂਗੇ, ਇਹ ਤਾਂ ਜਸਟ ਇਨੀਸ਼ੀਅਲ ਟ੍ਰੈਂਡਸ ਨੇ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਔਰ ਮੇਰੇ ਭਾਈ ਸਾਹਿਬ ਜਿਹੜੇ ਕਹਿ ਰਹੇ ਸੀ ਕਿ ਵੀ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢਿਆ, ਕਚੂਮਰ ਦਾ ਜਨਾਬ ਤੁਸੀਂ ਕੱਢਿਆ ਸੀਗਾ, ਨਾ ਕੋਈ ਨੌਕਰੀਆਂ ਦਿੱਤੀਆਂ, ਨਾ ਕੋਈ ਫੈਸਿਲਿਟੀ ਦਿੱਤੀ, ਉਲਟਾ ਮਾਫੀਆ ਤੁਹਾਡੇ ਲੀਡਰ ਚਲਾਉਂਦੇ ਰਹੇ, ਪੰਜਾਬ ਦੇ ਲੋਕਾਂ ਨੂੰ ਦੋਨਾਂ ਹੱਥਾਂ ਨਾਲ ਲੁੱਟਦੇ ਰਹੇ। ਅਸੀਂ ਤਾਂ ਆ ਕੇ ਤੁਹਾਡੇ ਲੀਡਰਾਂ ਦੀ ਲੁੱਟ ਬੰਦ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸੁਖੱਲੀ ਕੀਤੀ ਹੈ, ਮੁਫ਼ਤ ਬਿਜਲੀ ਕਦੀ ਤੁਹਾਡੀ ਸਰਕਾਰ ਨੇ ਦਿੱਤੀ ਹੈ, ਜਾਂ ਖੇਤਾਂ ਤੱਕ ਪਾਣੀ ਪਹੁੰਚਾਇਆ ਸੀ ਤੁਹਾਡੀ ਸਰਕਾਰ ਨੇ ਕਦੀ, ਜਾਂ ਨੌਕਰੀਆਂ ਦਿੱਤੀਆਂ? ਦੂਜਾ ਆਪਣੇ ਲੀਡਰਾਂ ਦੇ ਮਿਨਿਸਟਰਾਂ ਦੇ ਬੱਚਿਆਂ ਨੂੰ 4 ਨੌਕਰੀਆਂ ਦੇ ਕੇ ਬਹਿ ਗਏ ਸੀ ਉਹ ਵੀ ਬਿਨਾਂ ਮੈਰਿਟ ਦੇ। ਸੋ ਇਹ ਗੱਲ ਭੁੱਲ ਜਾਓ, ਇਹ ਸਿਰਫ ਅਜੇ ਇਨੀਸ਼ੀਅਲ ਟ੍ਰੈਂਡ ਹੈ, ਜਦੋਂ ਕਾਊਂਟਿੰਗ ਪੂਰੀ ਹੋਏਗੀ ਉਦੋਂ ਗੱਲ ਕਰਨਾ, ਔਰ ਉਸ ਟਾਈਮ ਤੱਕ ਪੂਰਾ ਟ੍ਰੈਂਡ ਬਦਲਿਆ ਹੋਊਗਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀ ਸੱਚੇ ਦਿਲ ਨਾਲ ਸੇਵਾ ਕੀਤੀ ਹੈ, ਔਰ ਆਉਣ ਵਾਲੇ 3 ਸਾਲਾਂ ਵਿੱਚ ਵੀ ਇਸ ਤੋਂ ਤੁਸੀਂ ਦੇਖਣਾ ਕਿ ਨਜ਼ਾਰਾ ਹੀ ਕੁਛ ਹੋਰ ਹੋਏਗਾ, ਲੋਕਾਂ ਦੀ ਜ਼ਿੰਦਗੀ ਪੂਰੀ ਬਦਲੀ ਹੋਏਗੀ। ਜੀ ਕੁਲਜੀਤ ਜੀ, ਕੀ ਜਵਾਬ ਦੇਣਾ ਚਾਹੋਗੇ? ਕੁਲਜੀਤ ਜੀ ਅਨਮਿਊਟ ਕਰ ਲਓ, ਤੁਹਾਡੀ ਆਵਾਜ਼ ਨਹੀਂ ਆ ਰਹੀ। ਦੇਖੋ ਮਲਹੋਤਰਾ ਸਾਹਿਬ ਨੇ ਜੋ ਗੱਲਾਂ ਕੀਤੀਆਂ ਨੇ, ਇਹ ਕੋਈ ਬਾਹਲਾ ਵਿੱਚ ਸਮੇਂ ਦਾ ਗੈਪ ਤਾਂ ਹੈ ਨੀਗਾ, 2-4 ਘੰਟਿਆਂ ਦੀ ਖੇਡ ਰਹਿ ਗਈ ਆ। ਪੰਜਾਬ ਦੇ ਲੋਕਾਂ ਦਾ ਜਿਹੜਾ ਮੈਂਡੇਟ ਆ ਉਹ ਦੱਸ ਰਿਹਾ ਵਾ ਕਿਸ ਤਰ੍ਹਾਂ ਸਰਕਾਰ ਦੇ ਪ੍ਰਤੀ ਲੋਕਾਂ ਦਾ ਗੁੱਸਾ ਜਿਹੜਾ ਜਗਜਾਰ ਹੋ ਰਿਹਾ ਵਾ। ਇਹ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ, ਇਹ ਦੱਸ ਦੇਣ ਮਲਹੋਤਰਾ ਸਾਹਿਬ ਵੀ ਨਵੀਂ ਨੌਕਰੀ ਕਿਹੜੀ ਦਿੱਤੀ ਆ, ਖਾਲੀਆਂ ਅਸਾਮੀਆਂ ਨੂੰ ਭਰ ਦੇਣਾ ਤੁਸੀਂ ਨੌਕਰੀਆਂ ਕਹਿੰਦੇ ਹੋ, ਇਹ ਤਾਂ ਹਰੇਕ ਸਰਕਾਰ ਕਰਦੀ ਆ। ਤੁਸੀਂ ਇਸ਼ਤਿਹਾਰ ਲਾ ਲਾ ਕੇ ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਖਰਾਬ ਕੀਤਾ, ਤੇ ਅੱਜ ਤੁਹਾਨੂੰ ਲੋਕ ਜਿਹੜਾ ਉਹਨਾਂ ਦਾ ਗੁੱਸਾ ਤੁਹਾਡੀ ਸਰਕਾਰ ਦੇ ਪ੍ਰਤੀ ਅੱਜ ਵੋਟ ਦੇ ਵਿੱਚ ਕੱਢਦੇ ਨਜ਼ਰ ਆ ਰਹੇ ਆ। ਤੁਸੀਂ ਹਲੇ ਹਾਲਾਤ ਦੇਖਿਓ, ਇਹ ਜਿਹੜੀਆਂ 3 ਸੀਟਾਂ ਤੇ ਲੀਡ ਕਰ ਰਹੇ ਆ, ਮੈਨੂੰ ਲੱਗਦਾ ਇਹ 3 ਤੋਂ ਵੀ ਜਾਣਗੇ। ਕਾਂਗਰਸ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ, ਕਿਉਂਕਿ ਇਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਸਰਕਾਰ ਨੇ ਕੀ ਕੀਤਾ। ਜੇ ਸਾਡੀ ਸਰਕਾਰ ਨੇ ਮਲਹੋਤਰਾ ਸਾਹਿਬ ਕੁਛ ਕੀਤਾ ਨਾ ਹੁੰਦਾ, ਅੱਜ ਸਾਨੂੰ ਲੋਕ ਦੁਬਾਰਾ 2 ਸਾਲ ਬਾਅਦ ਸੱਤਾ 'ਚ ਲੈ ਕੇ ਆਉਣ ਵਾਸਤੇ ਇੱਡੇ ਤਤਪਰ ਨਾ ਹੁੰਦੇ। ਲੋਕਾਂ ਨੇ ਤੁਸੀਂ ਛੱਡੋ ਸਾਰੀਆਂ ਗੱਲਾਂ, ਲੋਕ ਸਭਾ ਇਲੈਕਸ਼ਨ ਦੀ ਗੱਲ ਛੱਡ ਦਿਓ, ਤੁਸੀਂ ਕਰਾਓ ਸਵੇਰੇ ਪੰਜਾਬ ਦਾ ਇਲੈਕਸ਼ਨ। ਜੇ ਤੁਹਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਸਣੇ ਭਗਵੰਤ ਮਾਨ ਦੇ ਜਮਾਨਤਾਂ ਨਾ ਜਪ ਤੁਸੀਂ ਤਾਂ ਮੇਰਾ ਨਾਂ ਬਟਾ ਦਿਓ, ਕਿਹੜੀਆਂ ਗੱਲਾਂ ਕਰਦੇ ਤੁਸੀਂ? ਮੈਂ ਪ੍ਰੋਫੈਸਰ ਸਾਹਿਬ ਨੂੰ ਡਿਬੇਟ 'ਚ ਲੈ ਕੇ ਆਉਣਾ। ਪ੍ਰੋਫੈਸਰ ਸਾਹਿਬ ਕੀ ਲੱਗਦਾ, ਜੋ ਗੱਲਾਂ ਹੋ ਰਹੀਆਂ, ਕਹਿੰਦੇ ਬਹੁਤ ਸੁਖਾਲਾ ਕਰ ਦਿੱਤਾ ਆਪ? ਮੈਨੂੰ ਤਾਂ ਮੇਰੇ ਵੀਰ ਮਲਹੋਤਰਾ ਸਾਹਿਬ ਤੇ ਕੁਲਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਹਾਸਾ ਆਉਂਦਾ, ਮੇਰੇ ਖਿਆਲ 'ਚ ਤੁਹਾਨੂੰ ਵੀ ਜ਼ਰੂਰ ਹਾਸਾ ਆਉਂਦਾ ਹੋਵੇਗਾ, ਕਿਉਂਕਿ ਦਿੱਲੀ ਦੇ ਵਿੱਚ ਇੱਕ ਦੂਜੇ ਦੀ ਤਾਰੀਫ ਕਰਦੇ ਨੇ ਤੇ ਪੰਜਾਬ 'ਚ ਆਣ ਕੇ ਇੱਕ ਦੂਜੇ ਨਾਲ ਇਹ ਇਸ ਤਰ੍ਹਾਂ ਹੀ ਰਵੱਈਆ ਅਪਣਾਉਂਦੇ ਨੇ, ਪੂਰਾ ਕੁਸ਼ਤੀ ਖੇਡਦੇ ਨੇ। ਲੋਕ ਸਮਝ ਚੁੱਕੇ ਨੇ ਇੱਕ ਦੂਜੇ ਦੇ ਜਿਹੜੇ ਨਿਰਾਸ਼ਾਜਨਕ ਇਹਨਾਂ ਦੀਆਂ ਸਟੇਟਮੈਂਟਾਂ ਨੇ, ਇਹ ਇੱਕ ਦੂਜੇ ਦੇ ਖਿਲਾਫ ਦੇ ਰਹੇ ਨੇ ਜਦੋਂ ਕਿ ਅੰਦਰ ਖਾਤੇ ਇਹ ਸਾਰੇ ਤੁਹਾਨੂੰ ਵੀ ਪਤਾ ਇੱਕ ਆ। ਮੈਨੂੰ ਇਹ ਦੱਸੋ ਕਿ ਇੰਡੀ ਗੱਠਜੋੜ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ, ਤੁਹਾਨੂੰ ਵੀ ਪਤਾ ਸਾਰੀਆਂ ਕੋਈ ਨਾ ਕੋਈ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਨੇ, ਜਾਂ ਤਾਂ ਇਹਨਾਂ ਦੇ ਆਗੂ ਜੇਲ੍ਹ 'ਚ ਨੇ ਜਾਂ ਬੇਲ 'ਤੇ ਨੇ।
ਇਸ ਕਰਕੇ ਇਹਨਾਂ ਕੋਲੋਂ ਕੋਈ ਵੀ ਭਲੇ ਦੀ ਤਵੱਜੋ ਜਿਹੜੀ ਆਪਾਂ ਨਹੀਂ ਕਰ ਸਕਦੇ। ਜਿਵੇਂ ਦਾ ਇਹਨਾਂ ਦਾ ਰਿਕਾਰਡ ਬੋਲਦਾ, ਜੇਕਰ ਕਾਂਗਰਸ ਨੇ ਵਾਕਈ ਹੀ ਕੁਝ ਲੋਕਾਂ ਵਾਸਤੇ ਕੀਤਾ ਹੁੰਦਾ ਤੇ ਅੱਜ ਇਹਨਾਂ ਦੀ ਸਥਿਤੀ ਆ ਨਾ ਹੁੰਦੀ। ਆਪਾਂ ਪੰਜਾਬ ਦੀ ਗੱਲ ਕਰੀਏ ਜੀ, ਪੰਜਾਬ ਚ ਕਾਂਗਰਸ ਪਾਰਟੀ ਲੀਡ ਕਰ ਰਹੀ ਹੈ, ਨਾਲ ਬਹੁਤਾ ਚੰਗਾ ਨਹੀਂ ਕੀਤਾ। ਹਰ ਫਰੰਟ ਇਹ ਫੇਲ ਹੋਏ ਨੇ, ਦੂਜਿਆਂ ਨੂੰ ਭੜਕਾਉਣ ਦੇ ਉੱਤੇ ਲੱਗੇ ਹੋਏ ਨੇ। ਕਦੇ ਤਾਂ ਇਹ ਕਹਿੰਦੇ ਲੋਕਤੰਤਰ ਨੂੰ ਖਤਰਾ, ਸੰਵਿਧਾਨ ਨੂੰ ਖਤਰਾ। ਵੇਖੋ, ਲੋਕਤੰਤਰ ਨੂੰ ਨਾ ਬੀਜੇਪੀ ਤੋਂ ਖਤਰਾ, ਨਾ ਮੋਦੀ ਜੀ ਤੋਂ। ਮੋਦੀ ਜੀ ਨੇ ਸੰਵਿਧਾਨ ਨੂੰ ਔਰ ਲੋਕਤੰਤਰ ਨੂੰ ਪੱਕਿਆਂ ਪੈਰੀ ਕਰਦੇ ਜਿਹੜੀ ਆ ਉਹਨਾਂ ਨੇ ਕੀਤੀ ਆ, ਉਹ ਸਾਰੇ ਤੁਸੀਂ ਜਾਣਦੇ ਹੀ ਹੋ। ਅੱਜ ਕਸ਼ਮੀਰ ਦੇ ਵਿੱਚ ਵੀ ਤੁਸੀਂ ਦੇਖਿਆ ਲੋਕਤੰਤਰ ਦਾ ਕਿਵੇਂ ਝੰਡਾ ਬੁਲੰਦ ਹੋਇਆ। ਪੰਜਾਬ ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹ ਕਸ਼ਮੀਰ ਦੇ ਵਿੱਚ ਪੈ ਰਹੀਆਂ ਨੇ। ਇਸ ਕਰਕੇ ਮੈਂ ਸਮਝਦਾ ਕਿ ਲੋਕਤੰਤਰ ਨੂੰ ਨਾ ਖਤਰਾ ਹੋਣੇ ਆ ਤੇ ਨਾ ਆਉਣ ਵਾਲੇ ਸਮੇਂ 'ਚ ਮੋਦੀ ਜੀ ਦੀ ਸਰਕਾਰ ਵੇਲੇ ਇਹ ਦੁਬਾਰਾ ਕੋਈ ਖਤਰਾ ਹੋਏਗਾ, ਸਗੋਂ ਲੋਕਤੰਤਰ ਹੋਰ ਮਜ਼ਬੂਤੀ ਨਾਲ ਅਸੀਂ ਅੱਗੇ ਵਧਾਂਗੇ। ਰਹੀ ਗੱਲ ਕਾਂਗਰਸ ਦੀ, ਕਾਂਗਰਸ ਨੇ ਹਮੇਸ਼ਾ ਹੀ ਗਰੀਬਾਂ ਦੇ ਨਾਂ 'ਤੇ, ਮਜ਼ਲੂਮਾਂ ਦੇ ਨਾਂ 'ਤੇ ਵੋਟਾਂ ਮੰਗੀਆਂ, ਤਾਂ ਗਰੀਬਾਂ ਮਜ਼ਲੂਮਾਂ ਦਾ ਅੱਜ ਤੱਕ ਇੰਨਾ ਕੁਛ ਨਹੀਂ ਕੀਤਾ। ਇਹ ਕੇਵਲ ਤੇ ਕੇਵਲ ਬੀਜੇਪੀ ਹੈ, ਸ਼੍ਰੀ ਨਰਿੰਦਰ ਮੋਦੀ ਜੀ ਨੇ। ਪ੍ਰੋਫੈਸਰ ਸਾਹਿਬ, ਤੁਸੀਂ ਇਸ ਵਾਰ ਬੜਾ ਜ਼ੋਰ ਅਜਮਾਇਸ਼ ਕੀਤੀ, ਤੁਸੀਂ ਕਾਂਗਰਸ ਤੋਂ ਲੀਡਰ ਪੱਟ ਕੇ ਤੁਸੀਂ ਬਿੱਟੂ ਜੀ, ਮਹਾਰਾਣੀ ਪਰਨੀਤ ਕੌਰ, ਆਪ ਤੋਂ ਸੁਸ਼ੀਲ ਰਿੰਕੂ ਜੀ, ਬੜੀ ਕੋਸ਼ਿਸ਼ ਕੀਤੀ ਤੁਸੀਂ ਇਸ ਵਾਰ ਪੰਜਾਬ ਦੇ ਵਿੱਚ ਬੜਾ ਜ਼ੋਰ ਲਗਾਇਆ, ਪਰ ਹਜੇ ਤੱਕ ਪੱਲੇ ਪੈਂਦਾ ਕੁਝ ਨਹੀਂ। ਵੇਖੋ, ਇਹੀ ਬਹੁਤ ਵੱਡੀ ਗੱਲ ਹੈ ਕਿ ਬੀਜੇਪੀ ਦੇ ਵਿੱਚ ਤਿੰਨ ਇਹ ਜਿਹੜੇ ਆ ਸਿਟਿੰਗ MP ਜਿਹੜੇ ਸ਼ਾਮਲ ਹੋਏ ਨੇ। ਇੱਕ MP ਦਾ ਸ਼ਾਮਲ ਹੋਣਾ ਇਹ ਬੜੀ ਵੱਡੀ ਗੱਲ ਹੁੰਦੀ ਹੈ। ਇੱਥੇ ਤਿੰਨ ਸਿਟਿੰਗ MP ਜਿਹੜੇ ਸ਼ਾਮਲ ਹੋਏ ਨੇ, ਇਹ ਤਾਂ ਭਾਵ ਬੀਜੇਪੀ ਦੇ ਵਿੱਚ ਉਹਨਾਂ ਕੋਈ। ਹਿਮਾਚਲ ਵਿਧਾਨ ਸਭਾ ਉਪ ਚੁਣਾਵ ਨੂੰ ਲੈ ਕੇ ਬੜੀ ਖਬਰ ਆ ਰਹੀ ਹੈ ਤੇ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੋ। ਵਿਧਾਨ ਸਭਾ ਉਪ ਚੁਣਾਵ ਤੇ ਬੜੀ ਖਬਰ ਆ ਰਹੀ ਹੈ, ਵਿਧਾਨ ਸਭਾ ਉਪ ਚੁਣਾਵ ਪਰ ਬੜੀ ਖਬਰ। ਲਾਹੌਰ ਸਪੀਤੀ ਸੇ ਰਾਮ ਲਾਲ ਮਾਰਕੰਡੇ ਆਗੇ ਚੱਲ ਰਹੇ ਹੈ, ਧਰਮਸ਼ਾਲਾ ਸੇ ਬੀਜੇਪੀ ਕੇ ਸੁਧੀਰ ਸ਼ਰਮਾ ਆਗੇ ਚੱਲ ਰਹੇ ਹੈ, ਗਗਰੇਟ ਸੇ ਬੀਜੇਪੀ ਕੇ ਚੇਤਨ ਸ਼ਰਮਾ ਆਗੇ ਪਿੱਛੇ ਚੱਲ ਰਹੇ ਹੈ, ਤੋ ਕਾਂਗਰਸ ਕੇ ਰਣਜੀਤ ਰਾਣਾ ਸੁਜਾਨਪੁਰ ਸੇ ਆਗੇ ਚੱਲ ਰਹੇ ਹੈ। ਵਿਧਾਨ ਸਭਾ ਉਪ ਚੁਣਾਵ ਪਰ ਬੜੀ ਖਬਰ, ਲਾਹੌਰ ਸਪੀਤੀ ਸੇ ਰਾਮ ਲਾਲ ਮਾਰਕੰਡੇ ਆਗੇ ਚੱਲ ਰਹੇ ਹੈ, ਧਰਮਸ਼ਾਲਾ ਸੇ ਬੀਜੇਪੀ ਕੇ ਸੁਧੀਰ ਸ਼ਰਮਾ ਆਗੇ ਚੱਲ ਰਹੇ ਹੈ, ਗਗਰੇਟ ਸੇ ਬੀਜੇਪੀ ਕੇ ਚੇਤਨ ਸ਼ਰਮਾ ਪਿੱਛੇ, ਕਾਂਗਰਸ ਕੇ ਰਣਜੀਤ ਰਾਣਾ ਸੁਰਜਾਨਪੁਰ ਸੇ ਆਗੇ ਚੱਲ ਰਹੇ ਹੈ। ਤੋ ਵਾਪਿਸ ਡਿਬੇਟ ਪੇ ਆਤੇ ਹੈ, ਤੋ ਪ੍ਰੋਫੈਸਰ ਸਾਹਿਬ, ਭਾਰਤੀ ਜਨਤਾ ਪਾਰਟੀ ਨੇ ਬਹੁਤ ਕੁਛ ਕੀਆ, ਬਹੁਤ ਭਾਗਾ ਦੌੜੀਗੀ, ਤੋ ਕੁਛ ਪੱਲੇ ਪੈਂਦਾ ਪੰਜਾਬੀ ਚ ਕਹੀਏ ਤਾਂ ਨਜ਼ਰ ਨਹੀਂ ਆ ਰਿਹਾ। ਬਹੁਤ ਕੁਛ ਪੱਲੇ ਪਿਆ ਔਰ ਪੈਂਦਾ ਹੀ ਰਹੇਗਾ, ਨਜ਼ਰ ਆਉਣਾ ਨਾ ਆਉਣਾ। ਹਾਲੇ ਤੁਸੀਂ ਬਹੁਤ ਤੋਂ ਪਹਿਲਾਂ ਕਿਆਸ ਰਾਈਆਂ ਲਾ ਰਹੇ ਹੋ, ਠਹਿਰ ਜਾਓ ਇੱਕ ਘੰਟਾ ਹੋਰ, ਡੇਢ ਘੰਟਾ ਠਹਿਰ ਜਾਓ, ਚੋਣਾਂ ਦਾ ਰਿਜ਼ਲਟ ਆ ਲੈਂਦੇ ਹੋ, ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਆ ਜਾਏਗਾ। ਆਪਾਂ ਬਹੁਤੇ ਕਾਹਲੇ ਨਾ ਪਈਏ, ਬਹੁਤ ਵਧੀਆ ਕਾਰਗੁਜ਼ਾਰੀ ਬੀਜੇਪੀ ਨੇ ਕੀਤੀ ਆ, ਉਹ ਲੋਕਾਂ ਨੇ ਬਹੁਤ ਵਧੀਆ ਰਿਸਪੋਂਸ ਦਿੱਤਾ। ਇਸ ਕਰਕੇ ਮੈਨੂੰ ਔਰ ਮੇਰੀ ਪਾਰਟੀ ਨੂੰ ਪੂਰੀ ਉਮੀਦ ਆ ਕਿ ਅਸੀਂ ਬਹੁਤ ਵਧੀਆ ਗੇਨ ਕਰਾਂਗੇ ਔਰ ਇੱਥੋਂ ਤੱਕ 2027 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣੇਗੀ, ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ। ਅੱਛਾ, ਅਕਾਲੀ ਦਲ ਨਾਲ ਤੁਹਾਡਾ ਇਸ ਵਾਰ ਗਠਬੰਧਨ ਨਹੀਂ ਹੋਇਆ, ਉਹਦਾ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਤੇ ਨਾ ਕਿਤੇ? ਵੇਖੋ, ਅਕਾਲੀ ਦਲ ਦੀ ਆਪਣੀ ਸਿਆਸਤ ਆ, ਅਸੀਂ ਆਪਣੀ ਵੇਖਣੀ ਆ। ਜਿਵੇਂ ਉਹਨਾਂ ਨੇ ਸਾਡੇ ਨਾਲ ਤੋੜ ਵਿਛੋੜਾ ਕੀਤਾ ਜਦੋਂ ਸਾਨੂੰ ਔਖਾ ਸਮਾਂ ਸੀ, ਤੋ
ਇਸ ਕਰਕੇ ਅਸੀਂ ਤਾਂ ਸਮਝਦੇ ਹਾਂ ਕਿ ਸਾਡੇ ਵਾਸਤੇ ਬੀਜੇਪੀ ਲਈ ਇਹ ਬਹੁਤ ਵਧੀਆ ਮੌਕਾ ਸਾਨੂੰ ਮਿਲਿਆ, ਸਾਨੂੰ ਇਕੱਲਿਆਂ ਪੰਜਾਬ ਦੇ ਵਿੱਚ ਵਿਚਰਦਾ ਔਰ ਲੋਕਾਂ ਦਾ ਸੰਪਰਕ ਕਰਨ ਦਾ ਮੌਕਾ ਮਿਲਿਆ। ਪਿੰਡ ਪੱਧਰ 'ਤੇ ਅਸੀਂ ਗਿਆ, ਹਰ ਸੱਠ ਤੱਕ ਅਸੀਂ ਪਹੁੰਚ ਕੀਤੀ, ਲੋਕਾਂ ਦਾ ਬਹੁਤ ਵਧੀਆ ਸਾਨੂੰ ਰਿਸਪੋਂਸ ਮਿਲਿਆ। ਇਸ ਕਰਕੇ ਮੈਂ ਸਮਝਦਾ ਕਿ ਬੀਜੇਪੀ ਨਾਲ, ਬੀਜੇਪੀ ਦੇ ਨਾਲ ਅਕਾਲੀ ਦਲ ਦਾ ਜਿਹੜਾ ਗੱਠਜੋੜ ਜਿਹੜਾ ਟੁੱਟਿਆ, ਉਹਦਾ ਵੀ ਬੀਜੇਪੀ ਨੂੰ ਬਹੁਤ ਵੱਡਾ ਲਾਭ ਜਿਹੜਾ ਸਾਨੂੰ ਮਿਲ ਰਿਹਾ ਔਰ ਅੱਗੇ ਵੀ ਇਸ ਲਾਭ ਦਾ ਜਿਹੜਾ ਵਾ ਉਹ ਸਾਨੂੰ ਮਿਲਦਾ ਰਹੇਗਾ। ਮਲਹੋਤਰਾ ਸਾਹਿਬ, ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਜਾਂਦੀ ਹੈ ਅਤੇ ਬਹੁਤ ਵੱਡੇ ਵੱਡੇ ਮੁੱਖ ਮੰਤਰੀ ਜੀ ਦੇ ਉਹ ਮਿੱਤਰ ਵੀ ਨੇ, ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਅਤੇ ਇੱਕ ਆਜ਼ਾਦ ਉਮੀਦਵਾਰ ਤੋਂ ਉਹ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ, ਕਿੱਥੇ ਕਮੀ ਰਹਿ ਗਈ? ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ, ਹਜੇ ਤਾਂ ਅੱਧੀਆਂ ਵੋਟਾਂ ਵੀ ਨਹੀਂ ਹੋਈਆਂ। ਇਹ ਤਾਂ ਇਨੀਸ਼ੀਅਲ ਟ੍ਰੈਂਡਸ ਨੇ, ਚੇਂਜ ਹੋਣਗੇ, ਬਹੁਤ ਹਜੇ ਸਮਾਂ ਪਿਆ, ਬਹੁਤ ਸਾਰੀਆਂ ਲੱਖਾਂ ਵੋਟਾਂ ਪਈਆਂ ਨੇ ਹਜੇ। ਸੋ ਡੋਂਟ ਵਰੀ, ਸਾਡੀ ਪਰਫਾਰਮੈਂਸ ਜਿਹੜੀ ਹੈ ਬਹੁਤ ਵਧੀਆ ਰਹੇਗੀ। ਇਹ ਜਿਹੜਾ ਇਨੀਸ਼ੀਅਲ ਟ੍ਰੈਂਡ ਹੈ, ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਬਾਕੀ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਕਿ ਲੋਕਤੰਤਰ ਜਿਹੜਾ ਉਹ ਬੜਾ ਸੁਰੱਖਿਅਤ ਹੈਗਾ ਹੈ। ਜਨਾਬ, ਗੋਆ 'ਚ ਜੋ ਤੁਸੀਂ ਕੀਤਾ, ਮਹਾਰਾਸ਼ਟਰ 'ਚ ਕੀਤਾ, ਕਰਨਾਟਕਾ 'ਚ ਕੀਤਾ, ਅਰੁਣਾਚਲ 'ਚ ਕੀਤਾ, ਦਿੱਲੀ 'ਚ ਕਰਨ ਦੀ ਕੋਸ਼ਿਸ਼ ਕੀਤੀ, ਵਾਕਈ ਭਾਜਪਾ ਦੇ ਹੱਥ ਵਿੱਚ ਲੋਕਤੰਤਰ ਬਹੁਤ ਸੁਰੱਖਿਅਤ ਹੈ। ਫਿਰ ਕਹਿੰਦੇ ਜੀ, 3 MP ਜਿਹੜੇ ਸਾਡੀ ਪਾਰਟੀ 'ਚ ਆਏ ਹੈ, ਸਿਟਿੰਗ MP, ਉਹ ਜਨਾਬ, ਉਹਨਾਂ ਨੂੰ ਹੋਰ ਕੁਛ ਨਹੀਂ, ED ਤੇ CBI ਨਜ਼ਰ ਆਈ ਹੈ। ਜਿੰਨੇ ਵੀ ਤੁਹਾਡੇ ਗਏ ਹੈ, ਜਿਹੜਾ ਦੇਸ਼ ਦਾ ਚੋਰ, ਉਚੱਕਾ, ਠੱਗ, ਡਕੈਤ, ਜਿਹਨੇ ਵੱਡੇ ਵੱਡੇ ਘੁਟਾਲੇ ਕੀਤੇ, ਜਿਹਨਾਂ ਨੂੰ ਇੱਕ ਦਿਨ ਪਹਿਲਾਂ ਤੁਸੀਂ ਅੰਦਰ ਕਰਨ ਨੂੰ ਫਿਰਦੇ ਸੀ, ਦੂਜੇ ਦਿਨ ਉਹਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਕੇ ਤੁਸੀਂ ਬਹੁਤ ਦੇਸ਼ ਭਗਤ ਕਹਿੰਦੇ ਹੋ, ਹੈ ਹੋਇਆ ਕਿ ਨਹੀਂ ਹੋਇਆ? ਮਹਾਰਾਸ਼ਟਰ 'ਚ, ਅਸਾਮ 'ਚ, ਆਪਣੇ ਦੋਸਤਾਂ ਦੀ ਝੋਲੀ 'ਚ ਪਾਇਆ, 18,000 crore ਰੁਪਇਆ ED ਤੇ CBI ਭੇਜ ਕੇ ਕੰਪਨੀਆਂ ਦੀ ਬਾਂਹ ਮਰੋੜ ਕੇ ਆਪਣੀ ਝੋਲੀ 'ਚ ਪਾਇਆ, ਤੇ ਉਹਨਾਂ ਨੂੰ 100-100 ਗੁਣਾ ਠੇਕੇ ਦਿੱਤੇ ਹੈ। ਬੜੀ ਇਮਾਨਦਾਰ ਪਾਰਟੀ ਹੈ ਤੁਹਾਡੀ। ਫਿਰ ਬੜੀ ਹਾਸੋ ਹੀਣੀ ਗੱਲ ਕਰਦੇ ਆ ਪ੍ਰੋਫੈਸਰ ਸਾਹਿਬ ਕਿ ਬਈ ਅਸੀਂ ਦਿੱਤਾ ਬਹੁਤ ਕੁਛ ਹੈ, ਹੁਣ ਲੋਕਾਂ ਨੂੰ ਨਜ਼ਰ ਆਉਂਦਾ ਨਹੀਂ ਆਉਂਦਾ, ਇਹ ਗੱਲ ਵੱਖਰੀ ਹੈ। ਭਾਜਪਾ ਨੂੰ ਨਜ਼ਰ ਆਉਂਦਾ ਕਿ ਕੀ ਦਿੱਤਾ ਲੋਕਾਂ ਨੂੰ, ਜਿਹਨਾਂ ਨੂੰ ਦਿੱਤਾ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ, ਇਹ ਬੜੀ ਹਾਸੋ ਹੀਣੀ ਗੱਲ ਹੈ। ਜੋ ਭਾਜਪਾ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਲੋਕਾਂ ਨੂੰ ਸਭ ਪਤਾ ਹੈਗਾ। ਜਵਾਬ ਲੈ ਰਹੇ ਨੇ ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਸਾਹਿਬ ਜਵਾਬ ਲੈ ਰਹੇ ਨੇ, ਦਿੱਤਾ ਹੈ ਆਪਣੇ ਪੂੰਜੀਪਤੀ ਦੋਸਤਾਂ ਨੂੰ, ਦਿੱਤਾ ਹੈ ਦੇਸ਼ ਦੇ ਲੋਕਾਂ ਨੂੰ, ਤਾਂ ਲੁੱਟੇ ਹੀ ਹੈ ਸਿਰਫ ਇਹਨਾਂ ਨੇ ਹਰੇਕ ਚੀਜ਼ ਤੇ। ਮਲਹੋਤਰਾ ਸਾਹਿਬ ਜਵਾਬ ਲੈ ਲੈਣੇ ਆ, ਮਹਿੰਗੀ ਕਰਕੇ ਜਵਾਬ ਲੈ ਲੈਣੇ ਆ, ਮਲਹੋਤਰਾ ਸਾਹਿਬ ਮੋਨੋਪੋਲੀ ਬਣਾ ਕੇ। ਮਲਹੋਤਰਾ ਸਾਹਿਬ ਇੱਕ ਮਿੰਟ ਜਵਾਬ ਲੈ ਲੈਣੇ ਆ ਪ੍ਰੋਫੈਸਰ ਸਾਹਿਬ ਤੋਂ। ਮਲਹੋਤਰਾ ਸਾਹਿਬ, ਮਸਲਾ ਇਹ ਆ, ਸਾਰਾ ਜੱਗ ਜ਼ਾਹਿਰ ਆ। ਇਸ ਵੇਲੇ ਮੈਨੂੰ ਦੱਸੋ ਕਿ ਕੇਜਰੀਵਾਲ ਸਾਹਿਬ ਕੱਲ ਦੇ ਅੰਦਰ ਕਿਉਂ ਜਾਣਾ ਪੈ ਗਿਆ? ਜੇ ਵਾਕਈ ਸਾਫ ਬੜਾ ਹੀ ਸਾਫ ਗੋ ਆ ਤੇ ਉਹਨੂੰ ਅੱਜ ਜੇਲ੍ਹ 'ਚ ਨਾ ਹੁੰਦਾ। ਉਹ ਜਨਾਬ, ਤੁਸੀਂ ਕਾਹਦੇ ਬੰਦੇ ਸਾਹਿਬ ਬਣਾਤਾ, ਬਿਨਾਂ ਸਬੂਤ, ਬਿਨਾਂ ਸਬੂਤ, ਬਿਨਾਂ ਸਿੱਧ ਹੋਏ ਤੁਸੀਂ ਕਿਸੇ ਨੂੰ ਵੀ ਇਹ ਕਰ ਸਕਦੇ ਨਾ, ਬਿਨਾਂ ਸਬੂਤ ਦਾ ਪਲਟਣ ਦਿਓ, ਅੱਜ ਤੁਹਾਡੇ ਲੀਡਰ ਨੂੰ ਦੱਸਾਂਗੇ। ਮਲਹੋਤਰਾ ਸਾਹਿਬ, ਆਪਣੀ ਆਪਣੀ ਬਾਰੀ, ਡਿਬੇਟ ਪਰ ਸਮਝ ਨਹੀਂ ਆਉਣਾ ਕਿਸੇ ਨੂੰ ਕੁਝ। ਅੱਜ ਤੱਕ ਕਿਸੇ ਚੋਰ ਨੇ ਆਪਣੀ ਆਪ ਨੂੰ ਚੋਰ ਕਿਹਾ ਜੀ? ਮੈਨੂੰ ਦੱਸੋ, ਮਲਹੋਤਰਾ ਸਾਹਿਬ ਤੁਸੀਂ ਵੀ ਸਾਰੇ ਜਾਣਦੇ ਹੋ, ਸ਼ਰਾਬ ਦਾ ਘੁਟਾਲਾ ਤੁਸੀਂ ਕੀਤਾ, ਕੇਵਲ ਤੇ ਕੇਵਲ ਦਿੱਲੀ 'ਚ ਹੀ ਨਹੀਂ, ਇਹ ਸ਼ਰਾਬ ਦਾ ਘੁਟਾਲਾ ਜੋ ਪੰਜਾਬ 'ਚ ਹੋਇਆ, ਇਹਦੀ ਵੀ ਤਹਿਕੀਕਾਤ ਹੋਣੀ ਚਾਹੀਦੀ ਆ। ਮੈਂ ਆਸ ਕਰਦਾ ਕਿ ਆਉਂਦੇ ਸਮੇਂ ਦੇ ਵਿੱਚ ਇਹਦੀ ਵੀ ਪੜਤਾਲ ਜ਼ਰੂਰ ਹੋਵੇਗੀ ਔਰ ਤੁਹਾਡੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਕੇਜਰੀਵਾਲ ਸਾਹਿਬ ਦੇ ਨਾਲ ਉੱਥੇ ਅੰਦਰ ਹੀ ਪਿਆਲੀਆਂ ਸਾਂਝੀਆਂ ਕਰਨਗੇ। ਮੈਨੂੰ ਪੂਰੀ ਆਸ ਹੈ, ਇੰਤਜ਼ਾਰ ਕਰੋ, ਰਿਜ਼ਲਟ ਆ ਜਾਊਗਾ ਤੁਹਾਡੇ ਸਾਹਮਣੇ, ਫਿਰ ਪਤਾ ਚੱਲੂਗਾ ਕੌਣ ਅੰਦਰ ਜਾਂਦਾ ਤੇ ਕੌਣ ਬਾਹਰ ਆਉਂਦਾ।
ਥੱਲੇ ਆ ਗਈ ਨਾ ਮੋਦੀ ਸਾਹਿਬ ਅੰਦਰ ਬੈਠੇ ਹੋਣਗੇ ਇਹ ਲਿਖ ਲੋ ਬਈ ਮੈਨੂੰ ਪਤਾ ਨੀ ਤੁਸੀਂ ਕਿਵੇਂ ਇਹ ਕਹਿ ਰਹੇ ਹੋ ਬਾਕੀ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਅੱਜ ਵੀ ਦੇਸ਼ ਮੋਦੀ ਜੀ ਦੀ ਅਗਵਾਈ ਦੇ ਵਿੱਚ ਤਰੱਕੀ ਕਰ ਰਿਹਾ ਹੈ ਤੇ ਗਾਹ ਵੀ ਕਰੇਗਾ ਉਹਨਾਂ ਦੀ ਅਗਵਾਈ ਦੇ ਵਿੱਚ ਕੁਲਜੀਤ ਜੀ ਕੁਲਜੀਤ ਜੀ ਮੈਂ ਤੁਹਾਨੂੰ ਜੋੜਨਾ ਚਾਹੁੰਦਾ ਹਾਂ ਪ੍ਰੋਫੈਸਰ ਸਾਹਿਬ ਇੱਕ ਮਿੰਟ ਕੁਲਜੀਤ ਜੀ ਨੂੰ ਜੋੜਨਾ ਹੈ ਕੁਲਜੀਤ ਜੀ ਜੋ ਜੋ ਰਸਤਾ ਤੁਸੀਂ ਹੁਣ ਚੱਲ ਰਹੇ ਹੋ ਮੈਨੂੰ ਦੱਸੋ ਤੁਹਾਡੇ ਤੁਹਾਡੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਜੇ ਮੰਨ ਲਓ ਇੰਡੀ ਗੱਠਜੋੜ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਅਜਿਹਾ ਹੀ ਮਾਹੌਲ ਹੋ ਰਿਹਾ ਤੇ ਕੋਈ ਚਲੀ ਜਾਂਦੀ ਹੈ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲ ਆਣਾ ਵਾਪਸ ਆਣਾ ਗਾਰੰਟੀ ਨਹੀਂ ਹੈ ਕੁਲਜੀਤ ਜੀ 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 ਕੁਲਜੀਤ ਜੀ ਕੀ ਜੋ ਹੁਣ ਰੱਸਾਕਸ਼ੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕੀ ਜੇਕਰ ਤੁਹਾਨੂੰ ਬਹੁਮਤ ਮਿਲਦਾ ਸਰਕਾਰ ਬਣਦੀ ਹੈ ਤੇ ਰੱਸਾਕਸ਼ੀ ਪੰਜਾਬ ਚ ਇਦਾਂ ਹੀ ਜਾਰੀ ਰਹੂਗੀ ਜਾਂ ਭਾਈਵਾਲਾਂ ਦੀ ਤਰ੍ਹਾਂ ਕੰਮ ਕਰੂਗੇ ਨਹੀਂ ਦੇਖੋ ਇਹ ਸਵਾਲ ਨਾ ਜਦਾ ਇੰਡੀਆ ਦਾ ਅਲਾਇੰਸ ਆਮ ਆਦਮੀ ਪਾਰਟੀ ਨਾਲ ਜਾਂ ਜੋ ਵੀ ਧਿਰਾਂ ਵਿੱਚ ਆਈਆਂ ਨੇ ਇਹ ਸਵਾਲ ਪੰਜਾਬ ਦੀ ਜਨਤਾ ਦਾ ਵੀ ਸੀ ਤੇ ਸਾਰੇ ਮੀਡੀਆ ਅਦਾਰਿਆਂ ਦਾ ਵੀ ਸੀ ਤੇ ਮਤਲਬ ਵੋਟਰਾਂ ਦਾ ਇਹ ਸਵਾਲ ਸੀਗਾ ਕਿ ਜਦੋਂ ਤੁਸੀਂ ਬਾਹਰ ਅਲਾਇੰਸ ਕਰ ਲਿਆ ਵਾ ਆਮ ਆਦਮੀ ਪਾਰਟੀ ਨਾਲ ਤਾਂ ਪੰਜਾਬ ਚ ਕਿਉਂ ਨਹੀਂ ਤਾਂ ਸਾਡੀ ਪਾਰਟੀ ਦਾ ਇਹਦੇ ਤੇ ਇੱਕੋ ਇੱਕ ਤਰਕ ਹੈ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰਕੇ 2022 ਦੇ ਵਿੱਚ ਸਰਕਾਰ ਲੈ ਕੇ ਆਈ ਸੀ ਜੇ ਉਹ ਪੰਜਾਬ ਦੇ ਵਿੱਚ ਡਿਲੀਵਰ ਕੀਤੇ ਹੁੰਦੇ ਅਸੀਂ ਲੰਘੇ ਚਿੱਟੇ ਹੋ ਕੇ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰਦੇ ਪੰਜਾਬ ਦੇ ਵਿੱਚ ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਪੰਜਾਬ ਦੇ ਹਿੱਤਾਂ ਦੇ ਉੱਤੋਂ ਆਪਦੇ ਨਿੱਜੀ ਹਿੱਤਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਉਹਨਾਂ ਨੇ ਕਿਹਾ ਜੇ ਅਸੀਂ ਇਹਨਾਂ ਨਾਲ ਜਿਹੜੀ ਮੇਨ ਵਿਰੋਧੀ ਧਿਰ ਉਹ ਅਲਾਇੰਸ ਕਰ ਲਏਗੀ ਤਾਂ ਪੰਜਾਬ ਦੇ ਮੁੱਦੇ ਵਿਧਾਨ ਸਭਾ ਦੇ ਵਿੱਚ ਕੌਣ ਚੁੱਕੇਗਾ ਜੇ ਇਹਨਾਂ ਨੇ ਡਿਲੀਵਰ ਕੀਤਾ ਹੁੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਅਸੀਂ ਇਹਨਾਂ ਮੈਂ ਤੁਹਾਨੂੰ ਵਿੱਚ ਨੂੰ ਰੋਕਣਾ ਥੋੜੀ ਦੇਰ ਲਈ ਕੰਗਣਾ ਰਣੌਤ ਕਾਫੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਮੰਡੀ ਹੁਣ ਮੰਦਰਾਂ ਦੇ ਵਿੱਚ ਜਾ ਕੇ ਪੂਜਾ ਅਰਚਨਾ ਕਰ ਰਹੇ ਨੇ ਕੰਗਣਾ ਰਣੌਤ ਹਿਮਾਚਲ ਦੀ ਮੰਡੀ ਸੀਟ ਤੋਂ ਵਿਕਰਮਾਦਿੱਤਿਆ ਨੂੰ ਤੋਂ ਕਾਫੀ ਅੱਗੇ ਚੱਲ ਰਹੇ ਨੇ ਕਾਂਗਰਸੀ ਉਮੀਦਵਾਰ ਤੋਂ ਤੇ ਪੂਜਾ ਅਰਚਨਾ ਕਰ ਰਹੇ ਨੇ ਮੰਦਰ ਜਾ ਕੇ ਕੰਗਣਾ ਰਣੌਤ ਤੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਰੱਬ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਾਂ ਧੰਨਵਾਦ ਕੀਤਾ ਜਾ ਰਿਹਾ ਤੇ ਕੰਗਣਾ ਰਣੌਤ ਮੰਡੀ ਸੀਟ ਤੋਂ ਕਾਫੀ ਅੱਗੇ ਨਜ਼ਰ ਆ ਰਹੇ ਨੇ ਤੇ ਕੰਗਣਾ ਰਣੌਤ ਜੋ ਹੈ ਮੰਡੀ ਸੀਟ ਤੋਂ ਕਾਫੀ ਅੱਗੇ ਨਜ਼ਰ ਆ ਰਹੇ ਨੇ ਤੇ ਮੰਦਰ ਜਾ ਕੇ ਮੱਥਾ ਟੇਕ ਰਹੇ ਨੇ ਤੇ ਕੋਸ਼ਿਸ਼ ਕਰ ਰਹੇ ਨੇ ਰੱਬ ਦਾ ਧੰਨਵਾਦ ਕਰਨ ਦੀ ਤੇ ਕੰਗਣਾ ਰਣੌਤ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਤੇ ਮੰਦਿਰ ਜਾ ਕੇ ਪੂਜਾ ਅਰਚਨਾ ਕਰ ਰਹੇ ਨੇ ਕੰਗਣਾ ਰਣੌਤ ਜੋ ਹੈ ਹੁਣ ਮੀਡੀਆ ਦੇ ਮੁਖਾਤਿਬ ਹੋਣਗੇ ਤੇ ਮੰਡੀ ਦੇ ਵਿੱਚ ਤਾਂ ਕੁਲਜੀਤ ਜੀ ਤੁਹਾਡੇ ਨਾਲ ਗੱਲ ਚੱਲ ਰਹੀ ਸੀ ਕਿ ਏਦਾਂ ਹੀ ਤੁਹਾਡਾ ਜਿਹੜਾ ਗਠਬੰਧਨ ਹੈ ਜਿਵੇਂ ਹੁਣ ਤੁਸੀਂ ਪੰਜਾਬ 'ਚ ਵੱਡੇ ਵੱਡੇ ਆਰੋਪ ਲਗਾਏ ਨੇ ਵੀ ਜੇਕਰ ਇਹਨਾਂ ਨੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਤੁਸੀਂ ਇਹਨਾਂ ਨਾਲ ਨੰਗੇ ਚਿੱਟੇ ਹੋ ਕੇ ਚੱਲਦੇ ਪਰ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਹਨਾਂ ਨੇ ਬਿਜਲੀ ਫ੍ਰੀ ਕਰਤੀ ਨੌਕਰੀਆਂ ਦੇਤੀਆਂ ਹੋਰ ਵੱਡੇ ਵੱਡੇ ਖੇਤਾਂ ਨੂੰ ਜੋ ਹੈ ਦਿਨ ਦਿਹਾੜੇ ਦਿਨ ਦੇ ਵਿੱਚ ਉਹ ਬਿਜਲੀ ਦਾ ਸਪਲਾਈ ਦੇ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ
ਦੇਖੋ ਇਹਨਾਂ ਇਹ ਆਪਦੀ ਗੱਲ ਨੂੰ ਆਪ ਹੀ ਕੰਟਰਾਡਿਕਟ ਕਰ ਦਿੰਦੇ ਆ। ਇੱਕ ਪਾਸੇ ਤਾਂ ਇਹ ਕਹਿੰਦੇ ਅਸੀਂ ਕਿਸਾਨਾਂ ਨੂੰ ਦਿਨੇ ਬਿਜਲੀ ਦੇ ਰਹੇ ਹਾਂ, ਇੱਕ ਪਾਸੇ ਪ੍ਰਚਾਰ ਕਰਾ ਰਹੇ ਆ ਕਿ ਅਸੀਂ ਤੇਲਾਂ ਦੇ ਉੱਤੇ ਪਾਣੀ ਪਹੁੰਚਾ ਦਿੱਤਾ, ਤੇਲਾਂ ਦੇ ਉੱਤੇ ਜੇ ਪਾਣੀ ਪਹੁੰਚਾ ਦਿੱਤਾ, ਨਹਿਰੀ ਪਾਣੀ ਪਹੁੰਚਾ ਦਿੱਤਾ, ਤਾਂ ਫਿਰ ਮੋਟਰਾਂ ਚਲਾਉਣ ਦੀ ਕੀ ਲੋੜ ਪੈ ਗਈ? ਜਿੱਥੇ ਤੱਕ ਬਿੱਲਾਂ ਦੀ ਸਵਾਲ ਗੱਲ ਆ, ਦਿੱਲੀ ਦੇ ਵਿੱਚ ਇਹਨਾਂ ਨੇ ਜਿਹੜੀ ਬਿੱਲਾਂ ਦੀ ਸਬਸਿਡੀ ਆ ਉਹ ਖਤਮ ਕਰ ਦਿੱਤੀ ਆ ਇਲੈਕਸ਼ਨ ਤੋਂ ਅਗਲੇ ਦਿਨ ਹੀ, ਜਦੋਂ ਦਿੱਲੀ ਦਾ ਇਲੈਕਸ਼ਨ ਹੋ ਕੇ ਹਟਿਆ ਉਸ ਤੋਂ ਅਗਲੇ ਦਿਨ ਹੀ। ਤੇ ਪੰਜਾਬ ਦੀ ਤਿਆਰੀ ਆ, 19,000 ਕਰੋੜ ਦੇ ਘਾਟੇ ਦੇ ਵਿੱਚ PSPCL ਚੱਲ ਰਿਹਾ, 75,000 ਕਰੋੜ ਦੇ ਕਰੀਬ ਸਵਾ ਦੋ ਸਾਲ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ ਚੜਾ ਦਿੱਤਾ, ਕਿਹੜੀ ਤਰੱਕੀ ਦੀ ਗੱਲ ਕਰਦੇ ਆ? ਕੁਲਜੀਤ ਜੀ, ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਬਿਜਲੀ PSPCL ਪ੍ਰੋਫਿਟ ਚ ਹੈ, ਵੱਡੇ ਪੱਧਰ ਤੇ ਬਿਜਲੀ ਵੇਚ ਕੇ ਮੁਨਾਫਾ ਕਮਾਇਆ ਜਾ ਰਿਹਾ ਹੈ। ਮੈਂ ਕਿਹਾ ਜੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਗੋਲਡੀ ਬਰਾੜ ਵੀ ਫੜ ਲਿਆ ਅਮਰੀਕਾ ਤੋਂ, ਗੋਲਡੀ ਬਰਾੜ ਫੜਿਆ ਗਿਆ? ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਨਜ਼ਾ 26 ਜਨਵਰੀ ਤੱਕ ਖਤਮ ਹੋ ਜਾਏਗਾ, ਹੋ ਗਿਆ? ਮੁੱਖ ਮੰਤਰੀ ਸਾਹਿਬ ਤਾਂ ਜੋ ਚੁਟਕਲੇ ਸੁਣਾਉਂਦੇ ਆ ਲੋਕਾਂ ਨੂੰ, ਇੱਕ ਵਾਰੀ ਚੁਟਕਲੇ ਸੁਣਾ ਕੇ ਦਾਅ ਲੱਗ ਗਿਆ, ਪਰ ਹਰੇਕ ਵਾਰ ਨਹੀਂ ਲੱਗਦਾ ਹੁੰਦਾ, ਲੋਕ ਅੱਕ ਚੁੱਕੇ ਆ ਸਵਾ ਦੋ ਸਾਲ ਦੀ ਕਾਰਗੁਜ਼ਾਰੀ ਦੇ ਵਿੱਚ। ਮਲਹੋਤਰਾ ਜੀ, ਮੁੱਖ ਮੰਤਰੀ ਸਾਹਿਬ ਸਿਰਫ ਚੁਟਕਲੇ ਸੁਣਾਉਂਦੇ ਆ? ਮੈਂ ਭਾਜਪਾ ਵਾਲਿਆਂ ਦੀ ਗੱਲ ਦਾ ਵੀ ਜਵਾਬ ਦੇਣਾ ਚਾਹੁੰਦਾ ਮੈਂ, ਥੋੜਾ ਜਿਹਾ 2 ਮਿੰਟ ਮੈਨੂੰ ਦੇ ਦਿਓ ਜੀ। ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਕਿ ਲੋਕਤੰਤਰ ਮੋਦੀ ਦੇ ਹੱਥ ਚ ਸੁਰੱਖਿਅਤ ਆ, ਜੇ ਲੋਕਤੰਤਰ ਮੋਦੀ ਜੀ ਦੇ ਹੱਥ ਸੁਰੱਖਿਅਤ ਹੁੰਦਾ ਨਾ, ਤਾਂ ਮੋਦੀ ਜੀ ਮਨੀਪੁਰ ਦੇ ਵਿੱਚ ਇੱਕ ਵਾਰ ਜਾ ਕੇ ਉੱਥੇ ਦੇ ਲੋਕਾਂ ਦਾ ਹਾਲ ਚਾਲ ਜ਼ਰੂਰ ਜਾਣਦੇ, ਪਿਛਲੇ 1.5 ਸਾਲ ਤੋਂ ਮਨੀਪੁਰ ਚੱਲ ਰਿਹਾ। ਜੇ ਲੋਕਤੰਤਰ ਮੋਦੀ ਜੀ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਹੁੰਦਾ ਨਾ, ਕਿਸਾਨ ਸੜਕਾਂ ਤੇ ਨਾ ਰੁੜ ਰਿਹਾ ਹੁੰਦਾ। ਅੱਜ ਹਾਲਾਤ ਬੀਜੇਪੀ ਦੇ ਇਹ ਹੋ ਗਏ, ਮੋਦੀ ਦੀ ਕੈਬਨਿਟ ਦੇ ਅੱਧੇ ਤੋਂ ਜ਼ਿਆਦਾ ਮੰਤਰੀ ਪਿੱਛੇ ਚੱਲ ਰਹੇ ਆ, ਮੋਦੀ ਜੀ ਖੁਦ ਹਾਲ ਤੱਕ ਪਿੱਛੇ ਚੱਲ ਰਹੇ ਸੀ, ਹੁਣ 6-7 ਵੋਟ ਦੀ ਲੀਡ ਹੋਈ ਆ। ਜੇ ਕਹਿੰਦੇ ਆ ਵੀ ਮੋਦੀ ਜੀ ਨੇ ਵਿਕਾਸ ਕੀਤਾ 10 ਸਾਲਾਂ ਦੇ ਵਿੱਚ, ਫਿਰ ਮੋਦੀ ਜੀ ਨੇ ਇਲੈਕਸ਼ਨ ਦੇ ਵਿੱਚ 10 ਸਾਲਾਂ ਦਾ ਵਿਕਾਸ ਕਿਉਂ ਨੀ ਦੱਸਿਆ ਲੋਕਾਂ ਨੂੰ? ਲੋਕਾਂ ਨੂੰ ਇਹ ਕਿਉਂ ਨੀ ਦੱਸਿਆ ਵੀ ਅਸੀਂ 2.5 ਕਰੋੜ ਨੌਕਰੀਆਂ ਦੇ ਦਿੱਤੀਆਂ? ਲੋਕਾਂ ਨੂੰ ਇਹ ਕਿਉਂ ਨੀ ਦਿੱਤਾ ਸੀ 15 ਲੱਖ ਰੁਪਇਆ ਜਿਹੜਾ ਕਾਲਾ ਧਨ ਲੈ ਕੇ ਆਉਣਾ ਸੀ ਉਹ ਖਾਤਿਆਂ ਦੇ ਵਿੱਚ ਆ ਗਿਆ? ਵੋਟਾਂ ਮੰਗ ਰਹੇ ਆ ਰਾਮ ਮੰਦਿਰ ਦੇ ਨਾਮ ਤੇ, ਵੋਟ ਮੰਗ ਰਹੇ ਆ ਹਿੰਦੂ ਮੁਸਲਮਾਨ ਦੇ ਨਾਮ ਤੇ, ਵੋਟ ਮੰਗ ਰਹੇ ਇੰਡੀਆ ਪਾਕਿਸਤਾਨ ਦੇ ਨਾਮ ਤੇ, ਤੇ ਫਿਰ ਕੰਮ ਕਿਉਂ ਨੀ ਗਿਣਾਏ ਜਾ ਰਹੇ ਇਹਨਾਂ ਤੋਂ? ਕੰਮ ਗਿਣਾ ਕੇ ਵੋਟ ਮੰਗਦੇ? ਅੱਜ ਜਿਹੜਾ ਮੈਨੀਫੈਸਟੋ ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਲੈ ਕੇ ਆਈ ਆ, ਉਹ ਹੁੰਦਾ ਮੈਨੀਫੈਸਟੋ? ਅਸੀਂ ਜੀ 2047 ਤੱਕ ਦਾ ਰੋਡ ਮੈਪ ਦੇ ਦਿੱਤਾ, ਤੁਸੀਂ ਗੱਲਾਂ ਕਦੇ ਮੰਗਲ ਸੂਤਰ ਦੀਆਂ ਕਰਦੇ ਹੋ, ਕਦੇ ਮਟਨ ਦੀਆਂ ਕਰਦੇ ਹੋ, ਕਦੇ ਕਹਿੰਦੇ ਨੇ ਤੁਹਾਡੀ ਇਹ ਪ੍ਰਧਾਨ ਮੰਤਰੀ ਦੀ ਭਾਸ਼ਾ ਦੇਖੋ ਤੁਸੀਂ, ਦੇਸ਼ ਦਾ ਪ੍ਰਧਾਨ ਸੇਵਕ ਕਹਿ ਰਿਹਾ ਜੇ ਕਾਂਗਰਸ ਆ ਗਈ ਤੁਹਾਡੀਆਂ ਮੱਝਾਂ ਇੱਕ ਦੀਆਂ ਦੋ ਦੀਆਂ ਇੱਕ ਰਹਿ ਜਾਏਗੀ। ਭਾਈ ਸਾਹਿਬ 55 ਸਾਲ ਕਾਂਗਰਸ ਨੇ ਰਾਜ ਕੀਤਾ ਭਾਰਤ ਦੇ ਉੱਤੇ, ਦੱਸੋ ਕਾਂਗਰਸ ਤਾਂ ਉਹ ਪਾਰਟੀ ਆ ਜਦੋਂ ਦੇਸ਼। ਪ੍ਰੋਫੈਸਰ ਸਾਹਿਬ ਤੋਂ ਜਵਾਬ ਲੈ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਜੀ 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 ਸਾਹ ਕੁਲਜੀਤ ਸਿੰਘ ਜੀ, ਉਹਨਾਂ ਨੂੰ ਸ਼ਾਇਦ ਇਹ ਭੁੱਲ ਗਿਆ ਹੈ, ਲੋਕਤੰਤਰ ਦੀ ਰਾਖੀ ਵਾਸਤੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਇਹੀ ਕੀਤਾ, ਇਹਨਾਂ ਦੇ ਰਾਜਕੁਮਾਰ ਰਾਹੁਲ ਗਾਂਧੀ ਨੇ ਵਿਦੇਸ਼ਾਂ ਦੇ ਵਿੱਚ ਵਿਦੇਸ਼ੀ ਤਾਕਤਾਂ ਨੂੰ ਸੱਦਾ ਦਿੱਤਾ ਕਿ ਭਾਰਤ ਦੇ ਲੋਕਤੰਤਰ ਵਿੱਚ ਦਖਲ ਦੇਵੇ। ਇਹ ਜੇ ਐਡੇ ਹੀ ਰਾਸ਼ਟਰਵਾਦੀ ਇੰਨਾ ਹੀ ਦੇਸ਼ ਭਗਤੇ ਆ ਤੇ ਘੱਟੋ ਘੱਟ ਆਪਣੇ ਰਾਜਕੁਮਾਰ ਨੂੰ ਤਾਂ ਸਮਝਾ ਲੈਂਦਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਹੀਂ ਕਰਨ ਵਾਲੀਆਂ ਹੁੰਦੀਆਂ ਨੇ। ਕੀਤਾ ਕੀ ਆ ਜੇਕਰ ਇਹਨੂੰ ਰਾਮ ਮੰਦਿਰ ਤੋਂ, ਮੈਨੂੰ ਨਹੀਂ ਪਤਾ ਇਹ ਕਿਉਂ ਚਿੜ ਕਰਦੇ ਨੇ। 55 ਸਾਲ ਜੇ ਇਹਨਾਂ ਨੇ ਰਾਜ ਕੀਤਾ ਤੇ ਸਾਨੂੰ ਦਿੱਤਾ ਕੀ? ਸ਼੍ਰੀ ਦਰਬਾਰ ਸਾਹਿਬ ਦੇ ਅਟੈਕ ਕੀਤਾ ਔਰ ਦਿੱਲੀ ਦੇ ਵਿੱਚ ਦੰਗੇ ਕੀਤੇ ਆ, ਸਿੱਖਾਂ ਦਾ ਕਤਲੇਆਮ ਕੀਤਾ, ਇਹ ਇਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੇ। ਹੋਰ ਜੇ 55 ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਚੰਗਾ ਕੀਤਾ ਹੁੰਦਾ ਤੇ ਅੱਜ ਵੀ ਇਹਨਾਂ ਦਾ ਰਾਜ ਕਾਇਮ ਰਹਿਣਾ ਸੀ। ਇਹਨਾਂ ਨੂੰ
ਰਾਜ ਤੋਂ ਹਟਾ ਕੇ ਕੁਰਸੀ ਤੋਂ ਘੁਆ ਕੇ ਮਾਰਨਾ ਹੀ ਇਸ ਗੱਲ ਦਾ ਪ੍ਰਤੱਖ ਸਬੂਤ ਆ ਕਿ ਇਹਨਾਂ ਨੇ ਆਮ ਲੋਕਾਂ ਵਾਸਤੇ ਕੁਛ ਨਹੀਂ ਕੀਤਾ, ਜੇ ਕੁਝ ਕੀਤਾ ਤੇ ਭ੍ਰਿਸ਼ਟਾਚਾਰ ਕੀਤਾ। ਕਦੇ ਕਦਾ ਤੁਹਾਨੂੰ ਪਤਾ ਹੀ ਹੈ ਸ਼ੁਰੂ ਚ ਕਿੱਦਾਂ ਬਿਫੋਰ ਚ ਟੋਪਾਂ ਦਾ ਹੋ ਗਿਆ, 2G ਸਪੈਕਟਰਮ ਹੋ ਗਿਆ, ਹੋਰ ਕਈ ਇਸ ਤਰ੍ਹਾਂ ਦੇ ਜਿਹੜੇ ਘੁਟਾਲੇ ਇਹਨਾਂ ਨੇ ਕੀਤੇ ਨੇ, ਬਖਸ਼ਿਆ ਇਹਨਾਂ ਨੇ ਕਿਹਨੂੰ ਆ। ਜੇਕਰ ਇਹਨਾਂ ਕੋਲ ਵਾਕਈ ਸੁਸ਼ਾਸਨ ਕੀਤਾ ਹੁੰਦਾ ਤੇ ਅੱਜ ਨੂੰ ਇਹਨਾਂ ਦੀ ਇਹ ਸਥਿਤੀ ਨਾ ਹੁੰਦੀ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਇਹਨਾਂ ਨੂੰ ਜ਼ਰੂਰ ਆਪਣੇ ਵੱਲ ਨਜ਼ਰ ਮਾਰ ਲੈਣੀ ਚਾਹੀਦੀ ਆ, ਪੀੜ੍ਹੀ ਥੱਲੇ ਸੋਟਾ ਮਾਰ ਕੇ ਵੇਖੋ। ਅੰਮ੍ਰਿਤਸਰ ਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਵਾਕਿਆ ਦੱਸਣੀ ਚਾਹਾਂਗਾ। ਇਸੇ ਇਲੈਕਸ਼ਨ ਦੇ ਦੌਰਾਨ ਹੀ ਇੱਕ ਚੋਣ ਪ੍ਰਚਾਰ ਹੋ ਰਿਹਾ ਸੀ। ਸਾਹ ਕੁਲਜੀਤ ਸਿੰਘ ਜੀ, ਤੁਹਾਡੇ ਹੀ ਭਾਈਵਾਲਾਂ ਦੀ ਮੈਂ ਗੱਲ ਦੱਸਣ ਲੱਗਾ, ਜਿਹਨਾਂ ਨੂੰ ਤੁਸੀਂ ਇੱਥੇ ਨਿੰਦ ਰਹੇ ਹੋ, ਤੇ ਦਿੱਲੀ ਦੇ ਵਿੱਚ ਜੇ ਇਹੋ ਹੀ ਗੱਲਾਂ ਜਿਹੜੀਆਂ ਤੁਸੀਂ ਇੱਥੇ ਕੀਤੀਆਂ, ਜੇ ਦਿੱਲੀ ਔਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਕੀਤੀਆਂ ਹੁੰਦੀਆਂ ਤੇ ਮੈਂ ਤੁਹਾਡੀ ਤਾਰੀਫ਼ ਜ਼ਰੂਰ ਕਰਦਾ, ਤੁਹਾਡੀ ਪਾਰਟੀ ਦੀ ਵੀ ਤਾਰੀਫ਼ ਮੈਂ ਜ਼ਰੂਰ ਕਰਦਾ, ਪਰ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੀ ਤਾਰੀਫ਼ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਉਹ ਕੁਝ ਨਹੀਂ ਕੀਤਾ ਲੋਕਾਂ ਨੂੰ, ਉਹ ਕੁਝ ਨਹੀਂ ਦੱਸਿਆ, ਨਹੀਂ ਵਿਖਾਇਆ ਜੋ ਕੁਝ ਤੁਸੀਂ ਜਾਣਦੇ ਸੀ ਆਮ ਆਦਮੀ ਪਾਰਟੀ ਦੇ ਬਾਰੇ। ਔਰ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਸ ਦੇ ਇੱਕ MLA ਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਕੈਂਡੀਡੇਟ ਦੇ ਪ੍ਰਚਾਰ ਦੌਰਾਨ ਹੀ, ਜਦੋਂ ਉਹਨਾਂ ਦੀ ਸਟੇਜ ਲੱਗੀ ਕਿ ਬਕਾਇਦਾ ਨਾਂ ਲੈ ਕੇ ਕਿਹਾ ਕਿ ਇਹਨਾਂ ਦਾ ਇੱਕ MP ਚੱਡਾ ਸਾਹਿਬ, ਉਹਨਾਂ ਨੇ ਇੱਥੋਂ ਦੇ ਦੋ ਇੱਕ SP ਇੱਕ DSP ਨੂੰ ਸ਼ਹਿ ਦਿੱਤੀ ਨਸ਼ਿਆਂ ਦੇ ਵਿੱਚ, ਉਹ ਨਸ਼ੇ ਵਿਕਾ ਰਹੇ ਨੇ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ? ਪਰ ਵੇਖੋ, ਇਹਨਾਂ ਨੇ ਅੱਜ ਤੱਕ ਨਾ ਰਾਘਵ ਚੱਡੇ ਨੂੰ ਕਦੇ ਪੁੱਛਿਆ, ਨਾ ਹੀ ਉਸ SP ਜਾਂ DSP ਦੇ ਉੱਤੇ ਕੋਈ ਐਕਸ਼ਨ ਲਿਆ, ਨਾ ਹੀ ਕਦੇ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਏਡੀ ਵੱਡੀ ਗੱਲ ਇੱਕ ਜ਼ਿੰਮੇਵਾਰ ਵਿਅਕਤੀ ਨੇ ਇੱਕ ਜ਼ਿੰਮੇਵਾਰ ਪੋਸਟ ਤੇ ਬੈਠਿਆ ਕੀਤੀ ਹੈ ਤੇ ਅਸੀਂ ਉਹਨਾਂ ਦਾ ਪੜਤਾਲ ਹੀ ਕਰ ਲਈਏ। ਜਵਾਬ ਮਲਹੋਤਰਾ ਸਾਹਿਬ ਤੋਂ, ਮਲਹੋਤਰਾ ਸਾਹਿਬ ਨੂੰ ਤਿਲਾਂਜਲੀ ਦੇ ਦਿੱਤੀ ਹੋਈ ਹੈ। ਬਹੁਤ ਬਹੁਤ ਸੰਗੀਨ ਇਲਜ਼ਾਮ ਲਗਾਏ ਸਨ ਉਹਨਾਂ ਨੇ। ਬਿਲਕੁਲ ਬਿਲਕੁਲ। ਔਰ परिणाम मिलता है तो अच्छा लगता है, लेकिन भारतीय जनता पार्टी बहुत बड़ी पार्टी है। मैं तो एक छोटा सा पुर्जा हूँ, एक छोटा सा कार्यकर्ता हूँ, बड़ी मशीन काम करती है। और निश्चित रूप से आदरणीय प्रधानमंत्री नरेंद्र मोदी जी के नेतृत्व में, गृह मंत्री अमित शाह जी के नेतृत्व में और पार्टी के राष्ट्रीय अध्यक्ष श्री JP नड्डा जी के नेतृत्व में पार्टी पूरी तरह चुनाव में लगी थी और जनता ने मोदी जी के व्यक्तित्व को, मोदी जी के किए हुए कामों को, मोदी जी के गरीबों के प्रति कमिटमेंट को आशीर्वाद दिया है। और जनता का फैसला है, आगे बढ़ो मोदी जी और देश को आगे बढ़ाओ। गरीबों के जीवन में लगातार आप परिवर्तन ला रहे हैं। 25 करोड़ गरीबों को गरीबी रेखा से आपने उठाया है, ये क्रम जारी रखिए। जियो मोदी जी, आगे बढ़ो मोदी जी और गरीबों के लिए काम करते रहो मोदी जी, ये जनादेश बता रहा है। जयराम रमेश कह रहे, जैसे जैसे रुझान आ रहे, कह रहे रुझान आने से साफ हो रहा है कि जो प्रेजेंट PM है वो फॉर्मर होने वाले, अब तो रुझान भी यही बता रहे। ऐसा है कि ये उनका अहंकार बोल रहा है, 100 सीटें पीछे है, लेकिन अहंकार है कि उन्हें लगता है कि गांधी नाम के वंश की वंशावली को वो आगे बढ़ाते हुए ही आगे बढ़ेंगे। देश की जनता काम पर वोट दे रही है, देश की जनता मोदी जी की कमिटमेंट पे वोट दे रही है और मोदी जी की कमिटमेंट गरीबों के प्रति, देश की चमक व धमक बढ़ाने के प्रति है। और ये 100 सीट अभी भी हम आगे हैं, अभी तो 5-6 राउंड और होंगे तो ये परिणाम आगे बढ़ने वाला है।
मैं गणित और इन चीजों को ऊपर उठकर कहता हूं कि जनता का आशीर्वाद, भरपूर आशीर्वाद और नीतियों का समर्थन, मोदी जी के संकल्पों का समर्थन, ये बताता है कि जनता जोर शोर से कह रही है आगे बढ़ो मोदी जी, देश का नाम रोशन करो मोदी जी, गरीबों के जीवन में परिवर्तन लाओ मोदी जी, रुको नहीं ना रुकने दो भारत को, अपने कदम बढ़ाते जाओ और भारत की ख्याति पूरे विश्व में बढ़ाते जाओ। हेलो मलो, हाँ मल्होत्रा साहब, इस तो सिद्ध हो जाता है कि सेहत के खेत्र में बड़ी वड्डी तब्दीली आ चुकी है और एजुकेशन के सैक्टर च बहुत वड्डी तब्दीली आई है। अज पंजाब के बच्चे जिहड़े आ सरकारी स्कूलों के बच्चे वड्डे वड्डे एग्जाम पास कर रहे हैगे हैं। लॉ एंड ऑर्डर तुहाडा केंद्र सरकार का अपना मंत्री मन गया कि 16 स्टेट्स तो बैटर सीगा और स्पोर्ट्स दे विच खेडा पंजाब दी शुरू मल्होत्रा साहब खिलाड़ियां मल्होत्रा साहब क्या वाकई बैटर है 43 करोड़ मल्होत्रा साहब लॉ एंड ऑर्डर का वाकई बैटर है। मेरे ख्याल से मल्होत्रा साहब को जवाब भी सुन लियो, जवाब भी सुन लियो। एक मिनट, नशे दी तुसी गल कर रहे सी, मैं गैंगस्टरवाद दी गल कर रहा हूं। सारा देश मल्होत्रा साहब गुजरात दे राही आ रहा है, ਤੁਹਾਡੇ ਦੋਸਤਾਂ ਦੇ ਪ੍ਰਾਈਵੇਟ ਵੋਟਾਂ ਦੇ ਰਾਹੀਂ ਆ ਰਿਹਾ ਹੈ ਔਰ ਫਿਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਦੇ ਰਾਹੀਂ ਤੁਹਾਡੀ ਪਾਰਟੀ ਪੰਜਾਬ ਵਿੱਚ ਧੱਕ ਰਹੀ ਹੈ ਔਰ ਤੁਸੀਂ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਗਾ ਰਹੇ ਹੋ। ਕੇਂਦਰ ਸਰਕਾਰ ਜੇ ਕਰ ਰਹੀ ਹੈ, ਪੰਜਾਬ ਸਰਕਾਰ ਬਾਰਡਰ ਸੀਲ ਕਰ ਸਕਦੀ ਹੈ? ਵਾਟਰ ਟਾਈਟ ਤਾਂ ਨਹੀਂ ਹੋ ਸਕਦਾ, ਇਹ ਤਾਂ ਜਦੋਂ ਤੁਹਾਡੀ ਸਰਕਾਰ ਜਾਊਗੀ ਤਾਂ ਤੁਹਾਡੇ ਇਹ ਜਿਹੜੇ ਕੁਕਰਮ ਹੈ ਨੰਗੇ ਹੋਣਗੇ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਚੱਲੇਗਾ। ਔਰ PSPCL ਦਾ ਮੈਂ ਦੱਸ ਦਿਆਂ ਕਿ ਪਿਛਲੇ ਸਾਲ ਦੇ ਦੌਰਾਨ 1,000 crore ਦਾ ਮੁਨਾਫਾ ਹੋਇਆ ਔਰ ਪਿਛਲੇ 2 ਮਹੀਨੇ 'ਚ ਅਪ੍ਰੈਲ ਤੇ ਮਈ ਦੇ ਵਿੱਚ 300 crore ਦਾ ਮੁਨਾਫਾ PSPCL ਨੂੰ ਹੋ ਚੁੱਕਾ ਹੈ। ਪੰਜਾਬ ਬਿਜਲੀ ਵੇਚ ਕੇ 75,000 crore ਰੁਪਇਆ ਕਰਜ਼ਾ ਲੈਣ ਦੀ ਕੀ ਜ਼ਰੂਰਤ ਪੈ ਗਈ, ਇਹ ਵੀ ਦੱਸ ਦਿਓ। ਜਨਾਬ ਘੱਟੋ ਘੱਟ ਤੁਹਾਡੇ ਲੀਡਰਾਂ ਦੀ ਤਰ੍ਹਾਂ ਖਾਂਦੇ ਨਹੀਂ, ਉਹ ਪੰਜਾਬ ਦੇ ਲੋਕਾਂ ਦਾ ਹੀ ਖਰਚ ਹੋ ਰਿਹਾ ਹੈ, ਲੋਕਾਂ ਦਾ ਪੈਸਾ ਲੋਕਾਂ ਦੇ ਖਰਚ ਹੋ ਰਿਹਾ ਹੈ। ਤੁਹਾਡੇ ਲੀਡਰਾਂ ਦੀ ਤਰ੍ਹਾਂ ਕਿਸੇ ਦੇ ਜੇਬ 'ਚ ਨਹੀਂ ਜਾ ਰਿਹਾ, ਨੋਟ ਗਿਣਨ ਦੀਆਂ ਮਸ਼ੀਨਾਂ ਫੜੀਆਂ ਗਈਆਂ। ਇੱਕ ਚੀਜ਼ ਦਾ ਜਵਾਬ ਦੇ ਦਿਓ, ਤੁਸੀਂ ਸਾਡੇ ਜਿਹੜੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਫੜ ਕੇ ਅੰਦਰ ਕੀਤਾ, ਤੁਸੀਂ ਦੱਸਦੇ ਵੀ ਉਹਨਾਂ ਤੋਂ ਤੁਸੀਂ ਕੀ ਰਿਕਵਰੀ ਕੀਤੀ ਆ? ਤੁਹਾਡੇ ਤਾਂ ਇੰਨੇ ਬੋਲੇ, ਕੀਤੀ ਆ ਫੜੇ ਗਏ ਕਿ ਨਹੀਂ?
ਚੰਡੀਗੜ੍ਹ ਹਰਿਆਣਾ ਦਿੱਲੀ ਜਾ ਕੇ ਭਾਈਵਾਲ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਬਹੁਤ ਆਕਰੋਸ਼ ਹੈ ਇਹਨਾਂ ਦਾ ਕਿਉਂਕਿ ਕਾਂਗਰਸ ਦੇ ਵੱਡੇ ਵੱਡੇ ਨੇਤਾਵਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਫੜ ਕੇ ਅੰਦਰ ਕੀਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਤੇ ਵੱਡੇ ਵੱਡੇ ਆਰੋਪ ਲੱਗੇ ਨੇ ਕਿ ਤੁਸੀਂ ਬਹੁਤ ਸਾਰੇ ਲੀਡਰਾਂ ਨੂੰ ਆਪਣੇ ਨਾਲ ਰਲਾਉਂਦੇ ਹੋ ਤੇ ਵਾਸ਼ਿੰਗ ਮਸ਼ੀਨ ਤੁਹਾਡੇ ਕੋਲ ਕੋਈ ਅਜਿਹੀ ਹੈ ਤੇ ਉਹਨਾਂ ਦੇ ਸਾਰੇ ਪਾਪ ਧੁੱਲ ਜਾਂਦੇ ਆ ਤੇ ਕਿਹੜੀ ਵਾਸ਼ਿੰਗ ਮਸ਼ੀਨ ਹੈ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਪ੍ਰੋਫੈਸਰ ਸਾਹਿਬ ਤੁਸੀਂ ਅਨਮਿਊਟ ਕਰ ਲਓ ਪ੍ਰੋਫੈਸਰ ਸਾਹਿਬ ਆਵਾਜ਼ ਨਹੀਂ ਆ ਰਹੀ ਹੁਣ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਅੱਛਾ ਸਭ ਤੋਂ ਪਹਿਲਾਂ ਤੇ ਮਲਹੋਤਰਾ ਜੀ ਤੇ ਕੁਲਜੀਤ ਜੀ ਦੇ ਜਿਵੇਂ ਕੁੱਕੜ ਖੇ ਉਡਾਏ ਮੈਂ ਉਹਦੇ ਬਾਰੇ ਹੀ ਗੱਲ ਕਰਨੀ ਚਾਹਾਂਗਾ ਪਹਿਲਾਂ ਮਲਹੋਤਰਾ ਸਾਹਿਬ ਜੀ ਤੁਹਾਡੇ ਵਾਸਤੇ ਆ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਅਸੀਂ ਸਿਹਤ ਸਹੂਲਤਾਂ ਪੱਖੋਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਫਿਰ ਸਾਨੂੰ ਇੱਕ ਜਵਾਬ ਦੇ ਦਿਓ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਤੁਹਾਡਾ ਰਾਘਵ ਚੱਡਾ ਜੀ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਬਾਹਰ ਕਿਉਂ ਜਾਣਾ ਪੈ ਗਿਆ ਕੀ ਗੱਲ ਜੇ ਐਡਾ ਵਧੀਆ ਤੁਹਾਨੂੰ ਤੁਸੀਂ ਸਿਹਤ ਸਹੂਲਤ ਦੇ ਰਹੇ ਹੋ ਤੇ ਇੱਕ ਨਿੱਕੀ ਜੀ ਅੱਖ ਦਾ ਇਲਾਜ ਵੀ ਤੁਸੀਂ ਕਰਾਉਣ ਦੇ ਕਾਬਿਲ ਨਹੀਂ ਹੋ ਇੱਥੇ ਦੂਜੀ ਗੱਲ ਸਾਰੇ ਦੇਸ਼ ਵਿੱਚ ਕੀ ਕੀਤਾ ਇਹ ਦੱਸੋ ਮੈਂ ਤੁਹਾਡੀ ਕਿਸੇ ਗੱਲ ਚ ਬੋਲਿਆ ਤੁਸੀਂ ਇੰਨਾ ਕਿਉਂ ਨਿਰਾਸ਼ ਹੋ ਜਾਂਦੇ ਹੋ ਕਿਉਂ ਤੈਸ਼ ਚ ਆ ਜਾਂਦੇ ਹੋ ਨਿਰਾਸ਼ ਨਹੀਂ ਹੋ ਰਿਹਾ ਮੈਂ ਤਾਂ ਤੁਹਾਡਾ ਸੰਜਮ ਰੱਖੋ ਤੁਹਾਡਾ ਚਿੱਠਾ ਖੋਲ ਰਿਹਾ ਸੰਜਮ ਸਾਡੇ ਬੜੀ ਵੱਡੀ ਗੱਲ ਹੁੰਦੀ ਮਲਹੋਤਰਾ ਸਾਹਿਬ ਅਗਲੀ ਗੱਲ ਇੱਕ ਹੋਰ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਇਹਨਾਂ ਨੇ ਆਪਣਾ ਕੇਜਰੀਵਾਲ ਸਾਹਿਬ ਨੇ ਗੱਲ ਕੀਤੀ ਸੀ ਇਲੈਕਸ਼ਨ ਦੌਰਾਨ ਰੇਤ ਮਾਈਨਿੰਗ ਤੋਂ ਅਸੀਂ 70,000 ਕਰੋੜ ਰੁਪਇਆ ਕਮਾਵਾਂਗਾ ਤੇ ਇਹਨਾਂ ਨੂੰ ਪੁੱਛੋ ਰੇਤ ਮਾਈਨਿੰਗ ਰੁਪਇਆ ਕਮਾ ਰਹੇ ਹੋ ਕੇਵਲ 2 ਕਰੋੜ ਰੁਪਇਆ ਦੂਜੀ ਗੱਲ ਮੈਂ ਇਹਨਾਂ ਨੂੰ ਇਹ ਵੀ ਪੁੱਛਣਾ ਚਾਹਾਂਗਾ ਕਹਿੰਦੇ ਕਿ ਭ੍ਰਿਸ਼ਟਾਚਾਰ ਖਤਮ ਕਰਨਗੇ ਮਾਈਨਿੰਗ ਦੇ ਵਿੱਚ ਬਿਲਕੁਲ ਕੋਈ ਵੀ ਭ੍ਰਿਸ਼ਟਾਚਾਰ ਨਹੀਂ ਹੋਏਗਾ ਤੇ ਲਾਲਜੀਤ ਭੁੱਲਰ ਦੇ ਜਿਹੜੇ ਰਿਸ਼ਤੇਦਾਰਾਂ ਨੇ ਜੋ ਕੁਝ ਮਾਈਨਿੰਗ ਕੀਤੀ ਆ ਜਨਾਬ ਦੇਖੋ ਤੁਸੀਂ ਕਿਸੇ ਵੀ ਬੰਦੇ ਨੂੰ ਫੋਰਸ ਨਹੀਂ ਕਰ ਸਕਦੇ ਵੀ ਉਹ ਆਪਣਾ ਇਲਾਜ ਕਿੱਥੇ ਕਰਾਵੇ ਤੁਸੀਂ ਜੋ ਕੇਂਦਰ ਸਰਕਾਰ ਨੇ ਸਿਹਤ ਦੇ ਖੇਤਰ ਚ ਖੇ ਉਡਾਈ ਹੈ 7.5 ਲੱਖ ਬੰਦਾ ਤੁਸੀਂ ਇੱਕੋ ਹੀ ਨੰਬਰ ਤੇ ਰਜਿਸਟਰ ਕਰਕੇ ਦੇਸ਼ ਨੂੰ ਲੁੱਟਿਆ ਜਿਹੜਾ ਉਹਦਾ ਜਰਾ ਜਵਾਬ ਦੇ ਦਿਓ ਉਹਦਾ ਕੋਈ ਤੁਹਾਡੇ ਕੋਲ ਜਵਾਬ ਹੈ ਔਰ ਭ੍ਰਿਸ਼ਟਾਚਾਰ ਦੀ ਜਿੱਥੇ ਤੱਕ ਗੱਲ ਕਰਦੇ ਹੋ ਤੁਸੀਂ ਤਾਂ ਬਿਨਾਂ ਕਿਸੇ ਸਬੂਤ ਤੋਂ ਲੋਕਾਂ ਨੂੰ ਅੰਦਰ ਕਰ ਦਿੰਦੇ ਹੋ ਪੈਸੇ ਤੁਹਾਡੇ ਅਕਾਊਂਟ ਚ ਗਏ ਹੈ ਰੈਡੀ ਦੇ ਅਕਾਊਂਟ ਤੋਂ ਪੈਸੇ ਤੁਹਾਡੇ ਅਕਾਊਂਟ ਚ ਗਏ ਹੈ ਪਰ ਰੈਡੀ ਦੇ ਇਲਜ਼ਾਮ ਤੇ ਤੁਸੀਂ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ ਤੁਹਾਡੇ ਅਮਿਤ ਸ਼ਾਹ ਨੂੰ ਕਦੋਂ ਅੰਦਰ ਕਰੋਗੇ ਮੋਦੀ ਨੂੰ ਕਦੋਂ ਅੰਦਰ ਕਰੋਗੇ ਜੇਪੀ ਨੱਡਾ ਨੂੰ ਕਦੋਂ ਅੰਦਰ ਕਰੋਗੇ ਇਹ ਜ਼ਰਾ ਦੇਸ਼ ਨੂੰ ਦੱਸ ਦਿਓ ਇਹ ਤਾਂ ਸਬੂਤ ਸਾਰਿਆਂ ਦੇ ਸਾਹਮਣੇ ਹੈਗੇ ਆ ਨਾ ਜ਼ਰਾ ਇਹ ਦੋ ਗੱਲਾਂ ਐਕਸਪਲੇਨ ਕਰ ਦਿਓ ਤੁਸੀਂ ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀ ਕੋਈ ਗੱਲ ਆ ਤੇ ਤੁਸੀਂ ਕੋਰਟ 'ਚ ਚਲੇ ਜਾਓ ਤੁਹਾਨੂੰ ਲੱਗਦਾ ਕਿ ਸਾਡੀ ਸਰਕਾਰ ਵੱਲੋਂ ਕੋਈ ਗਲਤੀ ਹੋ ਰਹੀ ਹੈ ਕੋਰਟ 'ਚ ਚਲੇ ਜਾਣ ਇਹ ਹੈ ਕਿ ਮਸਲਾ ਇਹ ਹੈ ਕਿ ਤੁਸੀਂ ਜਿਹੜੇ ਝੂਠ ਬੋਲਣਾ ਸੀ ਦੂਜੇ ਕੋਰਟ ਵਿੱਚ ਚਲੇ ਜਾਣ ਪਰ ਤੁਸੀਂ ਕਾਰਵਾਈ ਨਾ ਕਰਿਓ ਤੁਸੀਂ ਚੋਰ ਨੂੰ ਬਚਾਓਗੇ ਤੁਸੀਂ ਝੂਠ ਪਰੋਸਣ ਤੋਂ ਕੋਰਟ ਵਿੱਚ ਚਲੇ ਜਾਣ ਪਰੋਸਣ ਤੋਂ ਬਾਅਦ ਨਹੀਂ ਆਉਣਾ ਬਚਾਓਗੇ ਮੈਂ ਇੱਕ ਹੋਰ ਗੱਲ ਮੈਂ ਕਰੋਗੇ ਚੋਰਾਂ ਨੂੰ ਬਚਾਓਗੇ ਵੀ ਮੈਂ ਇਸ ਡਿਬੇਟ ਚ ਕੁਲਜੀਤ ਜੀ ਨੂੰ ਲੈ ਕੇ ਆਉਣਾ ਚਾਹੁੰਦਾ ਕੁਲਜੀਤ ਜੀ ਤੁਹਾਡੇ ਜਦੋਂ ਮੰਤਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਫੜ ਕੇ ਅੰਦਰ ਕਰਦੀ ਹੈ
ਤਾਂ ਉਦੋਂ ਉਹਦਾ ਕਹਿਣਾ ਹੁੰਦਾ ਕਿ ਉਹ ਸਹੀ ਔਰ ਗਲਤ ਜੋ ਇਨਸਾਨ ਹੈ ਉਹਨਾਂ ਨੂੰ ਅੰਦਰ ਕਰ ਰਹੇ ਹੈ, ਤੇ ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਜਦੋਂ ਕਾਰਵਾਈ ਹੁੰਦੀ ਹੈ ਤੇ ਉਹ ਕਿਹਾ ਜਾਂਦਾ ਕਿ ਉਹ ਬੇਗੁਨਾਹਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਕੁਲਜੀਤ ਜੀ, ਕੁਲਜੀਤ ਜੀ ਆਵਾਜ਼ ਆ ਰਹੀ ਹੈ? ਮੇਰਾ ਜਵਾਬ ਲੈ ਲਓ ਪਲੀਜ਼। ਮੈਨੂੰ ਵਾਰ ਵਾਰ ਜਿਹੜਾ ਦੂਸਰਾ ਸਾਡੇ ਲੀਡਰਾਂ ਨੂੰ ਅੰਦਰ ਜਾ ਰਿਹਾ ਹੈ, ਜਿਹੜਾ ਸਾਡੇ ਲੀਡਰਾਂ ਨੂੰ ਅੰਦਰ ਮੈਂ ਜਾਣਾ ਹੈ, ਇੱਕ ਪੈਸੇ ਦਾ ਵੀ ਕਿਧਰੇ ਸਬੂਤ ਨਿਕਲਿਆ, ਇੱਕ ਪੈਸੇ ਦੀ ਵੀ ਕਿਧਰੇ ਰਿਕਵਰੀ ਹੋਈ ਹੈ? ਜਦਕਿ ਜਿਹੜੇ ਰੈਡੀ ਦੇ ਬਿਆਨ ਦੇ ਬੇਸਿਸ ਤੇ ਸੱਤਵੇਂ ਵਾਰ ਉਹਨੇ ਬਿਆਨ ਦਿੱਤਾ, ਪਹਿਲਾਂ ਉਹ ਕਹਿੰਦਾ ਰਿਹਾ ਮੇਰਾ ਕੇਜਰੀਵਾਲ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ 6 ਮਹੀਨੇ ਤੁਸੀਂ ਅੰਦਰ ਰੱਖਿਆ, 23,000 ਕਰੋੜ ਦੀ ਕੰਪਨੀ ਦਾ ਮਾਲਕ ਬਿਨਾਂ ਕਿਸੇ ਸਬੂਤ ਦੇ ਤੁਸੀਂ ਉਹਨੂੰ ਅੰਦਰ ਰੱਖਿਆ, ਉਹਨੂੰ ਮਾਰਿਆ ਕੁੱਟਿਆ, ਉਹਦਾ ਕੰਨ ਦਾ ਪਰਦਾ ਫਾੜਤਾ ਤੁਸੀਂ, ਔਰ ਉਸ ਤੋਂ ਬਾਅਦ ਜਦੋਂ ਉਹਨੇ ਤੁਹਾਨੂੰ ਪੈਸੇ ਦੇ ਤੇ 60 ਕਰੋੜ ਰੁਪਇਆ ਤੁਹਾਡੇ ਅਕਾਊਂਟ 'ਚ ਪਾ ਤਾ ਤੇ ਕੇਜਰੀਵਾਲ ਦੇ ਖਿਲਾਫ਼ ਬਿਆਨ ਦਿੱਤਾ, ਤਾਂ ਤੁਸੀਂ ਉਹਨੂੰ ਬੇਲ ਵੀ ਦਵਾ ਦਿੱਤੀ, ਉਹਨੂੰ ਸਰਕਾਰੀ ਗਵਾਹ ਬਣਾ ਕੇ ਤੁਸੀਂ ਮਾਫ਼ ਵੀ ਕਰਤਾ, ਇਹ ਜਿਹੜਾ ਤੁਸੀਂ ਮੈਨੂਪੁਲੇਸ਼ਨ ਦਾ ਨੰਗਾ ਨਾਚ ਕਰ ਰਹੇ ਹੋ ਨਾ, ਇਹ ਕਿਸੇ ਤੋਂ ਛੁਪਿਆ ਨਹੀਂ ਹੋਇਆ, ਇਹ ਠੀਕ ਹੈ ਕਿ ਇਲੈਕਸ਼ਨ ਕਮਿਸ਼ਨ ਤੇ ਈਵੀਐਮ ਨੂੰ ਮੈਨੂਪੁਲੇਟ ਕਰਕੇ ਤੁਸੀਂ ਦੇਸ਼ ਦੇ ਲੋਕਾਂ ਨੂੰ ਹਜੇ ਵੀ ਮੂਰਖ ਬਣਾਈ ਜਾ ਰਹੇ ਹੋ, ਸਮਾਂ ਆਏਗਾ ਜਦੋਂ ਤੁਹਾਨੂੰ ਤੁਹਾਡਾ ਪੂਰਾ ਹਿਸਾਬ ਕਿਤਾਬ ਕੀਤਾ ਜਾਏਗਾ, ਹੋ ਸਕਦਾ ਮਲਹੋਤਰਾ ਸਾਹਿਬ ਮੈਨੂੰ ਲੱਗਦਾ ਤੁਹਾਨੂੰ ਅਦਾਲਤਾਂ ਦੇ ਵਿੱਚ ਵੀ ਭਰੋਸਾ ਨਹੀਂ ਰਿਹਾ, ਤੁਹਾਨੂੰ ਪਤਾ ਇਹ ਰਾਜਨੀਤਿਕ ਪਾਰਟੀ ਬਣਾਈ ਸੀ ਅੰਨਾ ਹਜ਼ਾਰੇ ਜੀ ਦੇ ਐਜੀਟੇਸ਼ਨ ਤੋਂ ਬਾਅਦ, ਅੱਜ ਉਹਨਾਂ ਲੋਕਾਂ ਦੇ ਜਿਹਨਾਂ ਦੇ ਖਿਲਾਫ ਲੜੇ ਨੇ ਅੱਜ ਉਹਨਾਂ ਦੇ ਨਾਲ ਹੀ ਪਿਆਲੀ ਸਾਂਝੀ ਇਹਨਾਂ ਦੀ, ਅਦਾਲਤਾਂ ਦੇ ਵਿੱਚ ਇਹਨਾਂ ਦਾ ਭਰੋਸਾ ਹੁਣ ਉੱਠ ਚੁੱਕਿਆ। ਮੇਰੇ ਖਿਆਲ ਮਲਹੋਤਰਾ ਸਾਹਿਬ ਤੁਹਾਨੂੰ ਨਾ ਆਮ ਆਦਮੀ ਪਾਰਟੀ ਦੇ, ਕਿਉਂਕਿ ਥੋੜੇ ਦਿਨ ਹੋਰ ਠਹਿਰ ਜਾਓ, ਤੁਹਾਡੀ ਆਪਣੀ ਪਾਰਟੀ ਦੀ ਹੋਂਦ ਖਤਮ ਹੋਣ ਜਾ ਰਹੀ ਹੈ, ਕਿਉਂਕਿ ਜਿਹੜੇ ਸ਼ਰਾਬ ਦੇ ਘੁਟਾਲੇ ਦੇ ਵਿੱਚ ਤੁਹਾਡੀ ਪਾਰਟੀ ਦਾ ਵੀ ਨਾਮ ਆ ਰਿਹਾ ਹੈ। ਮੇਰੇ ਖਿਆਲ 'ਚ ਇਸ ਤੋਂ ਤਾਂ ਤੁਹਾਨੂੰ ਬਚਣਾ ਬਹੁਤ ਔਖਾ ਹੋ ਜਾਏਗਾ, ਤੁਸੀਂ ਆਪਣਾ ਬੋਰੀਆ ਬਿਸਤਰਾ ਹੁਣ ਤੋਂ ਹੀ ਗੋਲ ਸਮਝ ਲੈਣਾ ਚਾਹੀਦਾ। ਮਲਹੋਤਰਾ ਸਾਹਿਬ ਸਵਾਲ ਸੁਣ ਲੋ, ਤੁਸੀਂ ਧਮਕੀਆਂ ਦੇ ਲੋ ਜਿਹੜੀਆਂ ਦੇਣੀਆਂ। ਮਲਹੋਤਰਾ ਸਾਹਿਬ, ਹਾਂਜੀ ਨਤੀਜਾ ਹੁੰਦਾ ਹੈ। ਮਲਹੋਤਰਾ ਸਾਹਿਬ, ਅਮਿਤ ਸ਼ਾਹ ਇਲੈਕਸ਼ਨ ਕੰਪੇਨ ਦੇ ਦਰਮਿਆਨ ਕਹਿੰਦੇ ਕਿ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਦੁਬਾਰਾ ਤੀਸਰੀ ਵਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਚੇਗੀ। ਦੇਖੋ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਜਿਹੜੀ ਹੈ ਉਹ ਲੋਕਤੰਤਰ ਦੀ ਕਾਤਲ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਸਟੇਟਸ ਵਿੱਚ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟਸ ਨੂੰ ਇਹਨਾਂ ਨੇ ਗਿਰਾ ਕੇ ਆਪਣੀਆਂ ਸਰਕਾਰਾਂ ਬਣਾਈਆਂ ਨੇ। ਇਹਨਾਂ ਤੋਂ ਨਹੀਂ ਬਰਦਾਸ਼ਤ ਹੁੰਦਾ ਜੇ ਕੋਈ ਸਰਕਾਰ ਲੋਕਾਂ ਦੇ ਹਿੱਤ ਦਾ ਕੰਮ ਕਰਦੀ ਹੋਵੇ, ਕਿਉਂਕਿ ਇਹ ਸਿਰਫ ਤੇ ਸਿਰਫ ਪੂੰਜੀਪਤੀਆਂ ਦੇ ਹੱਥ ਵਿੱਚ ਵਿਕੇ ਹੋਏ ਨੇ, ਉਹਨਾਂ ਦੇ ਲਈ ਕੰਮ ਕਰਦੇ ਨੇ। ਸੋ ਇਹਨਾਂ ਤੋਂ ਨਹੀਂ ਬਰਦਾਸ਼ਤ ਹੁੰਦਾ ਕਿ ਦੇਸ਼ ਦੇ ਲੋਕਾਂ ਨੂੰ ਕੁਛ ਮਿਲੇ। ਸੋ ਇਹਨਾਂ ਨੇ ਇਹ ਧਮਕੀਆਂ ਦੇਣੀਆਂ ਹੀ ਦੇਣੀਆਂ ਨੇ, ਪਰ ਕੋਈ ਗੱਲ ਨਹੀਂ, ਹਰ ਇੱਕ ਬੰਦੇ ਦਾ ਕੋਈ ਨਾ ਕੋਈ ਦਿਨ ਹੁੰਦਾ ਹੈਗਾ, ਇਹਨਾਂ ਦੇ ਜਦੋਂ ਦਿਨ ਪੂਰੇ ਹੋ ਜਾਣੇ ਆ ਤਾਂ ਉਹ ਸਾਰਾ ਹਿਸਾਬ ਕਿਤਾਬ ਹੋਣਾ।
ਤੇ ਇਹਨਾਂ ਦਾ ਵੀ ਪੂਰਾ ਇਨਸਾਫ ਹੋਏਗਾ। ਤੇ ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਜਦੋਂ ਆਮ ਆਦਮੀ ਪਾਰਟੀ 2 ਵਜੇ ਤੱਕ, ਮਲਹੋਤਰਾ ਸਾਹਿਬ ਜਨਤਾ ਦਾ ਇੱਕ ਸਵਾਲ ਹੈ ਕਿ ਆਮ ਆਦਮੀ ਪਾਰਟੀ ਜਦੋਂ ਹੋਂਦ ਵਿੱਚ ਆਈ ਸੀ ਤਾਂ ਉਹਦਾ ਸਭ ਤੋਂ ਪਹਿਲਾਂ ਵਿਰੋਧ ਕਾਂਗਰਸ ਪਾਰਟੀ, ਲਾਲੂ ਪ੍ਰਸ਼ਾਦ ਯਾਦਵ ਤੇ ਇਹਨਾਂ ਦੇ ਖਿਲਾਫ ਸੀਗਾ, ਤੇ ਅੱਜ ਤੁਸੀਂ ਉਹਨਾਂ ਨੂੰ ਕਲੀਨ ਚਿੱਟ ਦੇ ਸਕਦੇ ਹੋ? ਨਹੀਂ, ਅਸੀਂ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਜੀ, ਪਰ ਮਸਲਾ ਇਹ ਹੈ ਕਿ ਜਦੋਂ ਦੇਸ਼ ਦੇ ਉੱਤੇ ਕੋਈ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੋਏ, ਦੇਸ਼ ਦੇ ਸੰਵਿਧਾਨ ਤੇ ਖਤਰਾ ਮੰਡਰਾ ਰਿਹਾ ਹੋਏ, ਇੱਕ ਵੱਡੇ ਚੋਰ ਔਰ ਡਕੈਤ ਤੋਂ ਦੇਸ਼ ਨੂੰ ਖਤਰਾ ਹੋਵੇ ਤਾਂ ਛੋਟੀਆਂ ਗੱਲਾਂ ਜਿਹੜੀਆਂ ਓਵਰਲੁੱਕ ਕਰਕੇ ਦੇਸ਼ ਨੂੰ ਬਚਾਉਣ ਲਈ ਲੋਕਾਂ ਨੂੰ ਅੱਗੇ ਇਕੱਠੇ ਹੋ ਕੇ ਅੱਗੇ ਆਉਣਾ ਪੈਂਦਾ। ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਇਆ ਤਾਂ ਕਿ ਦੇਸ਼ ਬਚ ਜੇ, ਦੇਸ਼ ਦਾ ਸੰਵਿਧਾਨ ਬਚ ਜੇ ਜਿਹੜਾ। ਬਾਕੀ ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਜਿਹੜੀ ਹੈ ਇਮਾਨਦਾਰ ਹੋਊਗੀ, ਸੱਚੀ ਸੁੱਚੀ ਹੋਊਗੀ, ਪਰ ਭਾਜਪਾ ਜਿਹੜੀ ਹੈ ਸਭ ਤੋਂ ਵੱਡੀ ਡਕੈਤ ਹੈ, ਸਭ ਤੋਂ ਵੱਡੀ ਠੱਗ ਹੈ। ਸੋ ਭਾਜਪਾ ਦੇਸ਼ ਨੂੰ ਬਚਾਉਣ। ਆਵਾਜ਼ ਆ ਰਹੀ ਹੈ ਕੁਲਜੀਤ ਜੀ? ਮਲਹੋਤਰਾ ਸਾਹਿਬ ਆ ਰਹੀ ਹੈ ਜੀ, ਆ ਰਹੀ ਹੈ ਕੁਲਜੀਤ ਜੀ। ਕੁਲਜੀਤ ਜੀ, ਮਲਹੋਤਰਾ ਸਾਹਿਬ ਕਹਿ ਰਹੇ ਹੋ ਕਿ ਇੱਕ ਵੱਡੇ ਸੰਕਟ ਦੇ ਬਚਣ ਵਾਸਤੇ ਇਕੱਠੇ ਹੋਏ ਆ ਜੀ। ਮਲਹੋਤਰਾ ਸਾਹਿਬ ਕਹਿ ਰਹੇ ਨੇ ਕਿ ਇੱਕ ਵੱਡੇ ਸੰਕਟ ਤੋਂ ਬਚਣ ਵਾਸਤੇ ਇਕੱਠੇ ਹੋਏ ਆ, ਕਲੀਨ ਚਿੱਟ ਦੇਣ ਨੂੰ ਤਿਆਰ ਨਹੀਂ ਤੁਹਾਨੂੰ? ਨਹੀਂ ਨਹੀਂ, ਦੇਖੋ ਇਹਨਾਂ ਦੀ ਕਲੀਨ ਚਿੱਟ ਦੇ ਨਾਲ ਨਾ ਤਾਂ ਸਾਨੂੰ ਕੋਈ ਫਰਕ ਪੈਂਦਾ, ਇਹ ਦੇਣ ਨਾ ਦੇਣ ਸਾਨੂੰ ਕਲੀਨ ਚਿੱਟ ਦੇਸ਼ ਦੀ ਜਨਤਾ ਨੇ ਦੇ ਦੇਣੀ। ਜਿੱਥੇ ਤੱਕ ਗੱਲ ਰਹੀ ਬੀਜੇਪੀ ਨਾਲ ਲੜਾਈ, ਇਹ ਲੜਾਈ ਬਿਲਕੁਲ ਇਹਨਾਂ ਨੇ, ਮਲਹੋਤਰਾ ਸਾਹਿਬ ਨੇ ਗੱਲ ਸਹੀ ਕੀਤੀ ਆ ਕਿ ਅਸੀਂ ਇਹ ਲੜਾਈ ਜਿਹੜੀ ਆ ਰਲ ਕੇ ਲੜ ਰਹੇ ਹਾਂ, ਕਿਉਂਕਿ ਜਿਸ ਹਾਲਾਤ ਜਿਸ ਹਿਸਾਬ ਨਾਲ ਦੇਸ਼ ਦੇ ਬਣਦੇ ਜਾ ਰਹੇ ਆ, ਦੇਸ਼ ਡਿਕਟੇਟਰਸ਼ਿਪ ਵੱਲ ਨੂੰ ਵੱਧਦਾ ਜਾ ਰਿਹਾ ਵਾ। ਅੱਜ ਕੋਈ ਆਪਦਾ ਜੇ ਕੋਈ ਤੁਹਾਡੇ ਮੀਡੀਆਦਾਰੇ ਦਾ ਕੋਈ ਭਰਾ ਵੀਰ ਮੋਦੀ ਸਾਹਿਬ ਨੂੰ ਸਵਾਲ ਕਰਦਾ ਤਾਂ ਉਹਨੂੰ NSA ਲਾ ਕੇ ਉਹਨੂੰ ਅੰਦਰ ਸੱਟ ਦਿੱਤਾ ਜਾਂਦਾ। ਜੇ ਕੋਈ ਕਿਸਾਨ ਆਪਦੇ ਹੱਕਾਂ ਦੀ ਗੱਲ ਕਰਦਾ ਤਾਂ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਆ। ਜੇ ਕੋਈ ਰੈਸਲਰ ਧੀਆਂ ਸਾਡੀਆਂ ਆਪਦੇ ਨਾਲ ਹੋਏ ਦੁਸ਼ਕਰਮ ਦੀ ਗੱਲ ਕਰਦੀਆਂ ਨੇ ਤਾਂ ਉਹਨਾਂ ਨੂੰ ਦਿੱਲੀ ਦੇ ਵਿਚਾਲੇ ਕੁੱਟਿਆ, ਦਿੱਲੀ ਦੇ ਚੌਂਕਾਂ ਦੇ ਵਿਚਾਲੇ ਘੜੀਸ ਘੜੀਸ ਕੇ ਕੁੱਟਿਆ ਜਾਂਦਾ। ਅੱਜ ਫਿਰ ਲੋਕਾਂ ਦੇ ਵਿੱਚ ਤਾਕਤ ਦੇਖੋ, ਲੋਕਤੰਤਰ ਦੇ ਵਿੱਚ ਤਾਕਤ ਦੇਖੋ। ਅੱਜ ਉਸੇ ਹੀ ਬ੍ਰਿਜ ਭੂਸ਼ਣ ਦਾ ਮੁੰਡਾ ਇਲੈਕਸ਼ਨ ਹਾਰ ਰਿਹਾ, ਪਿੱਛੇ ਚੱਲ ਰਿਹਾ, ਤੇ ਇਹ ਬੀਜੇਪੀ ਵਾਲਿਆਂ ਦਾ ਕੰਮ ਕੀ ਹੁੰਦਾ ਕਿ ਕਿਸਾਨ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦੇ ਜਨਮਾਂ ਦੇ ਉੱਤੇ ਨੂਣ ਕਿੱਦਾਂ ਭੁੱਕਣਾ ਵਾ। ਅਜੇ ਮਿਸ਼ਰਾ ਟੈਨੀ ਨੇ ਸਾਡੇ ਕਿਸਾਨਾਂ ਦੇ ਉੱਤੇ ਗੱਡੀ ਚੜਾਈ ਤੇ ਮੁੰਡੇ ਨੇ ਉਹਨੂੰ ਫਿਰ ਟਿਕਟ ਦੇ ਕੇ ਨਵਾਜਿਆ। ਇਹ ਜਾਣ ਬੁੱਝ ਕੇ ਜਿਸ ਤਰ੍ਹਾਂ ਮਾਹੌਲ ਨੈਰੇਟਿਵ ਸੈੱਟ ਕਰਕੇ ਦੇਸ਼ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਦੇਸ਼ ਦੀ ਸੱਤਾ ਹਥਿਆਉਣਾ ਚਾਹੁੰਦੇ ਆ, ਕਦੇ ਅਟੈਕ ਹੋਰ ਆਪਣੀ ਫੌਜ ਦੇ ਉੱਤੇ ਆਰਮੀ ਦੇ ਉੱਤੇ ਅਟੈਕ ਹੋ ਜਾਂਦਾ, ਉਹ ਇਲੈਕਸ਼ਨ ਦੇ ਬਿਲਕੁਲ ਨਜ਼ਦੀਕ ਆ ਕੇ ਹੁੰਦਾ, ਪਰ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਵੀ 300 ਕਿਲੋ RDX ਕਿੱਥੋਂ ਆ ਗਿਆ। ਇਹਨਾਂ ਦਾ ਹੀ ਗਵਰਨਰ ਇਹਨਾਂ ਦੇ ਉੱਤੇ ਐਲੀਗੇਸ਼ਨ ਲਾਉਂਦਾ, ਪਰ ਇਹ ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦੇ ਹੈਗੇ। ਇਹ ਉਹ ਚੀਜ਼ ਨੂੰ ਵੋਟਾਂ ਦੇ ਵਿੱਚ ਕੈਸ਼ ਕਰਦੇ ਆ। ਅੱਜ 76 ਸਾਲ ਦਾ ਇੱਕ ਬਜ਼ੁਰਗ ਆਦਮੀ ਦੇਸ਼ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਆ, ਪਰ ਜਿਹੜੇ 22-22 ਸਾਲ ਦੇ ਨੌਜਵਾਨ ਨੇ ਉਹਨਾਂ ਨੂੰ ਸਿਰਫ 4 ਸਾਲ ਦੀ ਨੌਕਰੀ ਦਿੱਤੀ ਜਾ ਰਹੀ ਹੈ ਅਗਨੀਵੀਰ ਦੇ ਤਹਿਤ। ਸੋ ਜਿਹੜਾ ਲੋਕਾਂ ਦੇ ਵਿੱਚ ਰੋਹ ਪੈਦਾ ਹੋਇਆ, ਜਿਸ ਤਰ੍ਹਾਂ ਦੇ ਨਤੀਜੇ ਸਾਨੂੰ ਨਜ਼ਰ ਆ ਰਹੇ ਆ, ਉਮੀਦ ਆ ਕਿ ਸ਼ਾਮ ਤੱਕ ਇਹ ਨਤੀਜੇ ਇਸ ਤੋਂ ਵੀ ਬਿਹਤਰ ਹੋਣਗੇ। ਤੇ ਜਿਹੜਾ ਝੋਲਾ ਵਾ ਮੋਦੀ ਜੀ ਨੇ ਮੇਰੇ ਹਿਸਾਬ ਨਾਲ
ਘੰਟੇ ਤੱਕ ਹੋਰ ਪੈਕ ਕਰ ਲੈਣਾ ਤੇ ਝੋਲਾ ਉਠਾ ਕੇ ਜਾਣ ਦੀ ਜਿਹੜੀ ਇਹਨਾਂ ਦੀ ਵਾਰੀ ਆ ਚੁੱਕੀ ਆ। ਤੇ ਜਿਸ ਤਰ੍ਹਾਂ ਦੀਆਂ ਇਹ ਧਮਕੀਆਂ ਦੇ ਰਹੇ ਸੀਗੇ, ਚਾਹੇ ਉਹ ਆਮ ਆਦਮੀ ਪਾਰਟੀ ਨੂੰ ਅਮਿਤ ਸ਼ਾਹ ਕਹਿ ਰਹੇ ਸੀ ਵੀ ਮੈਂ ਪੰਜਾਬ ਜੇ ਸਰਕਾਰ ਬੀਜੇਪੀ ਦੀ ਦੇਸ਼ ਦੇ ਵਿੱਚ ਆ ਗਈ ਤਾਂ ਮੈਂ ਪੰਜਾਬ ਦੀ ਸਰਕਾਰ ਤੋੜ ਦੂੰਗਾ, ਇਹ ਜਿਹੜਾ ਕੱਲ ਪਰਸੋਂ ਐਗਜ਼ਿਟ ਪੋਲ ਚੱਲ ਰਿਹਾ ਸੀ ਨਾ, ਇਹ ਵੀ ਸਕ੍ਰਿਪਟ ਜਿਹੜੀ ਸਾਰੀ ਲਿਖੀ ਗਈ ਸੀ ਨਾ, ਇਹ ਬੀਜੇਪੀ ਦੇ ਦਫ਼ਤਰ ਦੇ ਵਿੱਚ ਬੈਠ ਕੇ ਲਿਖੀ ਗਈ ਸੀ ਸਰ। ਇਹ ਕਿਸ ਤਰ੍ਹਾਂ ਜਾਂਦੇ ਜਾਂਦੇ ਵੀ ਆਪਦੇ ਜਿਹੜੇ ਅਰਬਾਂਪਤੀ ਕਾਰਪੋਰੇਟ ਸੀ ਇਹਨਾਂ ਦੇ ਯਾਰ ਨੇ ਅੰਬਾਨੀ ਅਡਾਨੀਆਂ ਵਰਗੇ, ਉਹਨਾਂ ਨੂੰ ਕਿਵੇਂ ਫਾਇਦਾ ਦੇਣਾ? ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਆ, ਤੁਸੀਂ ਦੇਖਿਓ ਪਰਸੋਂ ਐਗਜ਼ਿਟ ਪੋਲ ਆਏ, ਕੱਲ ਸ਼ੇਅਰ ਮਾਰਕੀਟ ਨੇ ਏਡਾ ਵੱਡਾ ਬੂਮ ਫੜਿਆ ਕਿ 800% 800+ 800+ ਸੈਂਸੈਕਸ ਜਾ ਕੇ ਖੁੱਲਿਆ, ਨਿਫਟੀ ਜਾ ਕੇ ਖੁੱਲੀ, ਅੱਜ ਡਾਊਨ ਜਾ ਰਿਹਾ। ਅੱਜ ਤੇ ਉੱਥੇ ਹੋਇਆ ਕੀ? ਜਿਹੜਾ ਤੁਹਾਡੇ ਮੇਰੇ ਵਰਗਾ ਟ੍ਰੇਡਰ ਸੀਗਾ, ਜਿਹਨਾਂ ਨੇ ਮੇਰੇ ਤੁਹਾਡੇ ਵਰਗਿਆਂ ਨੇ ਆਮ ਲੋਕਾਂ ਨੇ ਸ਼ੇਅਰ ਲਏ ਸੀ, ਉਹਨਾਂ ਦਾ ਸੌਦਾ ਹੀ ਨਹੀਂ ਵਿਕਿਆ, ਉਹ ਸੇਲ ਹੀ ਨਹੀਂ ਕਰ ਸਕੇ ਆਪਦਾ ਸੌਦਾ। ਸੌਦੇ ਵਿਕੇ ਕਿਹਦੇ? ਜਿਹਨਾਂ ਦੇ ਕੋਲੇ ਕੁਆਂਟਿਟੀ ਸ਼ੇਅਰਾਂ ਦੀ ਜ਼ਿਆਦਾ ਸੀਗੀ, ਜਿਹੜੇ ਵੱਡੇ ਯਾਰ ਸੀ ਉਹਨਾਂ ਨੂੰ ਫਾਇਦਾ ਐਗਜ਼ਿਟ ਪੋਲ ਰਾਹੀਂ ਦੇ ਕੇ ਉਹਨਾਂ ਦੇ ਕੱਲ ਸੌਦੇ ਵੇਚਤੇ ਪ੍ਰੋਫਿਟ ਦੇ ਉੱਤੇ, ਤੇ ਜਿਹਨਾਂ ਮੇਰੇ ਤੇ ਤੁਹਾਡੇ ਵਰਗਿਆਂ ਨੇ ਅੱਜ ਕੱਲ ਸੌਦੇ ਖਰੀਦ ਲਏ, ਜਿਹਨਾਂ ਨੇ ਸ਼ੇਅਰ ਖਰੀਦ ਲਏ ਆ, ਉਹ ਅੱਜ ਜਿਹੜਾ ਲੁੱਟ ਕੇ ਗਿਆ ਦੇ ਲੋ ਸੈਂਸੈਕਸ ਤੇ। ਕੁਲਜੀਤ ਜੀ, ਸ਼ੇਅਰ ਮਾਰਕੀਟ ਲੁੱਟ ਗਈ। ਕੁਲਜੀਤ ਜੀ, ਜਨਤਾ ਇਹ ਜਾਣਨਾ ਚਾਹੁੰਦੀ ਹੈ ਤੇ ਮਲਹੋਤਰਾ ਸਾਹਿਬ ਤੁਹਾਡੇ ਤੋਂ ਵੀ, ਤੁਹਾਡਾ ਇੰਡੀ ਗਠਬੰਧਨ ਦਾ ਨੇਤਾ ਕੌਣ? ਮੇਰੇ ਤੋਂ ਜਵਾਬ ਲੈਣਾ ਜੀ? ਹਾਂਜੀ ਹਾਂਜੀ, ਦੋਨਾਂ ਤੋਂ ਹੀ ਲੈਣਾ, ਪਹਿਲਾਂ ਤੁਹਾਡੇ ਤੋਂ ਲੈਣੇ। ਦੇਖੋ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਹਿਸਾਬ ਨਾਲ ਨਤੀਜੇ ਇੰਡੀਆ ਅਲਾਇੰਸ ਦੇ ਫੇਵਰ ਦੇ ਵਿੱਚ ਜਾਂਦੇ ਦਿਸ ਰਹੇ ਆ, ਕਿਉਂਕਿ 50-60 ਸੀਟਾਂ ਇਹ ਜਿਹੀਆਂ ਨੇ ਜਿੱਥੇ ਸਿਰਫ 1000-1200 ਵੋਟਾਂ ਦਾ ਫਰਕ ਆ, ਹੈਜ ਟੂ ਹੈਜ ਟੱਕਰ ਆ, ਤੇ ਜਿੱਥੇ ਜਿੱਥੇ ਇੰਡੀਆ ਅਲਾਇੰਸ ਲੀਡ ਕਰ ਰਿਹਾ ਤੇ ਉੱਥੇ ਲੀਡ ਅਲਾਇੰਸ ਦੀ ਹੈਗੀ ਆ 20,000-30,000 ਵੋਟ ਦੀ, 50,000-50,000 ਵੋਟ ਦੀ, ਜਿੱਥੇ ਬੀਜੇਪੀ ਲੀਡ ਕਰ ਰਹੀ ਹੈ ਤੇ ਫਸਵੀਆਂ ਸੀਟਾਂ ਨੇ, ਉੱਥੇ ਜਿਹੜਾ ਮਾਰਜਨ ਦੀ ਜਿਹੜੀ ਡਿਫਰੈਂਸ ਆ ਉਹ ਬਹੁਤ ਘੱਟ ਆ, ਤੇ ਜਿਸ ਹਿਸਾਬ ਨਾਲ ਨਤੀਜੇ ਇੰਡੀਆ ਅਲਾਇੰਸ ਦੇ ਫੇਵਰ ਦੇ ਵਿੱਚ ਜਾਂਦੇ ਦਿਖ ਰਹੇ ਆ, ਸ਼ਾਮ ਤੱਕ ਜੋ ਨਤੀਜੇ ਆਉਣਗੇ, ਇੰਡੀਆ ਅਲਾਇੰਸ ਦੀ ਪੂਰੀ ਲੀਡਰਸ਼ਿਪ, ਪੂਰੀਆਂ ਪਾਰਟੀਆਂ 26 ਦੀਆਂ 26 ਪਾਰਟੀਆਂ ਇੰਡੀਆ ਅਲਾਇੰਸ ਦੀਆਂ ਬੈਠ ਕੇ ਨਿਰਣਾ ਲੈਣਗੀਆਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ, ਕੌਣ ਬੈਸਟ ਪਰਫਾਰਮੈਂਸ ਦੇ ਸਕਦਾ, ਕੌਣ ਦੇਸ਼ ਨੂੰ ਤੁਹਾਡੇ ਮੁਤਾਬਕ ਕੌਣ ਦੇ ਸਕਦਾ, ਤੁਹਾਡੇ ਮੁਤਾਬਕ? ਸਾਡੇ ਮੁਤਾਬਕ ਤਾਂ ਸਾਡੀ ਪਾਰਟੀ ਦਾ ਲੀਡਰ ਹੀ ਹੋਊਗਾ ਜੀ, ਰਾਹੁਲ ਗਾਂਧੀ ਨੂੰ ਉਮੀਦਵਾਰ ਚੁਣਿਆ ਜਾਵੇ। ਬਿਲਕੁਲ ਜੀ, ਰਾਹੁਲ ਗਾਂਧੀ ਨੂੰ ਚੁਣਿਆ ਜਾਣਾ ਚਾਹੀਦਾ। ਮਲਹੋਤਰਾ ਸਾਹਿਬ, ਜੇ ਆਪਾਂ ਇੰਡੀਆ ਲਾਇੰਸ ਦੀ ਗੱਲ ਕਰ ਲਈਏ ਆਪਾਂ, ਤਾਂ ਜਿਹੜੀ ਪਾਰਟੀ ਸਭ ਤੋਂ ਵੱਡੀ ਪਾਰਟੀ ਹੋ ਕੇ ਉੱਭਰ ਰਹੀ ਆ, ਜਿਹੜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਆ ਇੰਡੀਆ ਅਲਾਇੰਸ ਦੇ ਵਿੱਚ, ਉਹ ਵੀ ਕਾਂਗਰਸ ਹੀ ਆ ਜੀ। ਤੇ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ, ਸੁਖਜਿੰਦਰ ਰੰਧਾਵਾ 13,000 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ। ਮੈਂ ਕਿਹਾ ਜੀ ਸ਼ਾਮ ਤੱਕ ਦੇਖਿਓ, ਪੰਜੇ ਦੇ ਪੰਜੇ ਮੰਤਰੀ ਦੇ ਨਾਂ ਆਲੇ ਤਾਂ ਤੁਸੀਂ ਮੇਰਾ ਨਾਮ ਬਠਿੰਡਾ ਪੰਜੇ ਦੇ ਪੰਜੇ ਮੰਤਰੀ, 3 ਦੀਆਂ 3 ਤਿਤਲੀਆਂ ਤੇ 3 MLA ਦੇ ਨਾਂ ਹੱਥ ਤਾਂ ਮੇਰਾ ਨਾਮ ਬਟਾ ਦਿਓ ਜੀ। ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੋ ਨੇ 1,41,000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਬਠਿੰਡਾ ਤੋਂ। ਤੇ ਮਲਹੋਤਰਾ ਸਾਹਿਬ ਜਵਾਬ ਲੈ ਲਈਏ, ਤੇ ਰਾਹੁਲ ਗਾਂਧੀ ਨੂੰ ਲੀਡਰ ਸਵੀਕਾਰ ਕਰੂੰਗੇ? ਦੇਖੋ ਅਸੀਂ ਲੋਕਤੰਤਰ 'ਚ ਵਿਸ਼ਵਾਸ ਕਰਦੇ ਹਾਂ, ਸੋ ਡੈਮੋਕ੍ਰੈਟਿਕਲੀ ਸਾਰੇ ਦੇ ਸਾਰੇ ਜਿੱਤੇ ਹੋਏ MP ਜਿਸ ਨੂੰ ਵੀ ਆਪਣਾ ਲੀਡਰ ਚੁਣਨਗੇ ਉਹ ਦੇਸ਼ ਦਾ ਨੇਤਾ ਹੋਏਗਾ। ਪਰ ਜੇ ਕਾਬਲੀਅਤ ਵਾਈਜ਼ ਦੇਖਿਆ ਜਾਏ
ਤਾਂ ਮੇਰੇ ਖਿਆਲ ਨਾਲ ਅਰਵਿੰਦ ਕੇਜਰੀਵਾਲ ਜੀ ਤੋਂ ਜ਼ਿਆਦਾ ਕਾਬਿਲ ਕੋਈ ਹੋਰ ਲੀਡਰ ਨਹੀਂ ਹੈ। ਇਮਾਨਦਾਰ ਤੇ ਸੱਚਾ ਸੁੱਚਾ ਇਨਸਾਨ ਜਿਸਨੇ ਆਪਣੀ IRS ਦੀ ਨੌਕਰੀ ਵੀ ਛੱਡੀ ਔਰ ਬੜੇ ਵੱਡੇ ਵੱਡੇ ਕੰਮ ਕਰ ਕੀਤੇ ਔਰ ਦੇਸ਼ ਨੂੰ RTI ਵਰਗਾ ਕਾਨੂੰਨ ਵੀ ਦਿੱਤਾ ਤੇ ਦਿੱਲੀ ਦੇ ਲੋਕਾਂ ਨੂੰ ਇੰਨੀ ਵਧੀਆ ਮੌਜੂਦ ਨੇ ਤੇ ਦੋਨਾਂ ਪਾਰਟੀਆਂ ਦੇ ਲੀਡਰ ਵੱਖਰੇ ਵੱਖਰੇ ਨੇ। ਜੀ 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 ਤੇ ਕੀ ਇਹ ਪਹਿਲਾਂ ਚੋਣਾਂ ਤੋਂ ਪਹਿਲਾਂ ਫੈਸਲਾ ਨਹੀਂ ਹੋ ਜਾਣਾ ਚਾਹੀਦਾ ਸੀ ਕਿ ਇਲੈਕਸ਼ਨ ਤੋਂ ਬਾਅਦ ਜਿੱਤਣ ਤੋਂ ਬਾਅਦ ਵੀ ਜੇਕਰ ਇਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਇਹਨਾਂ ਦਾ ਲੀਡਰ ਚੁਣਨਾ ਵੀ ਮੁਸ਼ਕਿਲ ਹੋ ਜਾਵੇਗਾ। ਵੇਖੋ ਜੀ ਇਹਨਾਂ ਨੂੰ ਪਤਾ ਅਸੀਂ ਜਿੱਤਣਾ ਨਹੀਂ ਹਾਰਨਾ ਸੀ ਹੈਗਾ, ਇਸ ਕਰਕੇ ਲੀਡਰ ਚੁਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਨਾ ਕੱਲ ਨੂੰ ਇਹਨਾਂ ਨੇ, ਅੱਜ ਵੀ ਸ਼ਾਮ ਤੱਕ ਵੀ ਇਹਨਾਂ ਕੋਈ ਲੀਡਰ ਚੁਣਨ ਦਾ ਮੌਕਾ ਨਾ ਇਹਨਾਂ ਨੂੰ ਮਿਲਣਾ ਹੈ ਤੇ ਨਾ ਇਹਨਾਂ ਨੇ ਚੁਣਨਾ ਹੈ। ਰਹੀ ਗੱਲ ਜੇਕਰ ਰਾਹੁਲ ਗਾਂਧੀ ਜੀ ਦੀ ਗੱਲ ਕਰਦੇ ਨੇ ਤੇ ਰਾਹੁਲ ਗਾਂਧੀ ਜੀ ਪਾਰਟੀ ਦੇ ਪ੍ਰਧਾਨ ਤਾਂ ਹੈ ਨਹੀਂ ਕਾਂਗਰਸ ਦੇ, ਜੇ ਵੇਖਿਆ ਜਾਵੇ ਤੇ ਕਾਂਗਰਸ ਦਾ ਪ੍ਰਧਾਨ ਲੀਡਰ ਹੋਣਾ ਚਾਹੀਦਾ ਪਰ ਉਹਨਾਂ ਨੂੰ ਕਾਂਗਰਸ ਦੇ ਪ੍ਰਧਾਨ ਤੇ ਵੀ ਇਹਨਾਂ ਨੂੰ ਭਰੋਸਾ ਨਹੀਂ ਹੈਗਾ। ਗੱਲ ਰਹੀ ਜਿਹੜੇ ਸਾਡੇ ਬੜੇ ਸਾਫ਼ ਸੁਥਰੇ ਲੀਡਰ ਸਾਹਿਬ ਅਰਵਿੰਦ ਕੇਜਰੀਵਾਲ ਜੀ, ਉਹ ਹੁਣ ਤਾਂ ਸਾਰਾ ਜੱਗ ਹੀ ਜਾਣਦਾ ਕਿ ਕਿੰਨਾ ਕੁ ਉਹ ਸਾਫ਼ ਸੁਥਰਾ ਤੇ ਕਿਵੇਂ ਦੀ ਉਹਨਾਂ ਦੀ ਲੀਡਰਸ਼ਿਪ ਆ। ਮੇਰੇ ਖਿਆਲ 'ਚ ਕਹਿਣ ਵਾਲੀ ਗੱਲ ਕੋਈ ਨਹੀਂ, ਉਹਨਾਂ ਦੇ ਹੀ ਸਮੇਂ ਦੇ ਵਿੱਚ ਔਰਤਾਂ ਨਾਲ ਜਿਵੇਂ ਬਦ ਸਲੂਕੀਆਂ ਹੋਈਆਂ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਅਹਿਮ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਵੀ ਇਸ ਤਰ੍ਹਾਂ ਦੀ ਬਲ ਸਲੋਕੀ ਹੁੰਦੀ ਹੋਵੇ, ਬਾਕੀ ਥਾਵਾਂ ਤੇ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ। ਬੀਬੀਆਂ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹਨਾਂ ਦੀ ਉਹ ਕਿੰਨੀ ਕੁ ਸੁਰੱਖਿਅਤ ਨੇ। ਰਹੀ ਗੱਲ, ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਘੱਟੋ ਘੱਟ ਉਹਨਾਂ ਨੂੰ ਬੇਸਿਕ ਤੁਹਾਡੀ ਆਵਾਜ਼ ਕੱਟ ਰਹੀ ਹੈ ਪ੍ਰੋਫੈਸਰ ਸਾਹਿਬ ਤੇ ਅੰਮ੍ਰਿਤਸਰ ਤੋਂ ਇਸ ਵਕਤ ਵੱਡੀ ਖਬਰ ਆ ਰਹੀ ਹੈ ਉਹਨਾਂ ਤੇ ਖੜੇ ਹੋਈਏ ਪਰ ਨਹੀਂ, ਇਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਪਿਛੇ ਵਾਰ ਆਇਆ ਉਨੀ ਛੇਤੀ ਇਹ ਡਾਊਨਫਾਲ ਤੇ ਚਲੇ ਗਏ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੀ ਅਸਲੀਅਤ ਨੂੰ ਪਛਾਣ ਲਿਆ ਹੈ। ਇਹ ਬਹੁਤ ਜਲਦੀ ਇਸ ਰਾਜਨੀਤਿਕ ਜਿਹੜੀ ਹਾਸ਼ੀਏ ਤੋਂ ਹੀ ਨਹੀਂ, ਹਾਸ਼ੀਏ ਤੋਂ ਵੀ ਬਾਹਰ ਹੋ ਜਾਣਗੇ। ਮੈਂ ਸੀਟਾਂ ਤੇ ਬੜਤ ਬਣਾਇਆ ਹੋਇਆ NDA ਤੇ 300 ਪਾਰ ਵੀ ਨਹੀਂ ਹੋ ਰਿਹਾ ਤੇ 109 ਸੀਟਾਂ ਦਾ ਫਰਕ ਹੈ, ਕਿੱਥੇ ਕਮੀ ਰਹਿ ਗਈ ਸਟ੍ਰੈਟੇਜੀ ਤੇ? ਕੋਈ ਗੱਲ ਨਹੀਂ, ਆਪਾਂ ਵੇਟ ਕਰੀਏ, ਅਜੇ ਸਾਡੇ ਕੋਲ 2-3 ਘੰਟੇ ਹੋਰ ਪਏ ਨੇ, ਸ਼ਾਮ ਤੱਕ ਤੁਹਾਨੂੰ ਜੋ ਕੁਝ ਅਸੀਂ ਕਿਹਾ ਉਹ ਅਸੀਂ ਅਚੀਵ ਕਰ ਲਾਂਗੇ, ਤੁਹਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ। ਪਰ ਜੇਕਰ 300 ਸੀਟਾਂ ਵੀ ਪਾਰ ਨਹੀਂ ਹੁੰਦੀਆਂ ਤਾਂ ਜ਼ਿੰਮੇਵਾਰੀ ਕਿਹਦੀ ਹੋਵੇਗੀ? ਵੇਖੋ ਇਹ ਜ਼ਿੰਮੇਵਾਰੀ ਤੈਅ ਕਰਨ ਵਾਲੇ ਆਪਾਂ ਕੌਣ ਹੁੰਦੇ ਆ? ਜੋ ਲੋਕ ਫਤਵਾ ਦੇਣਗੇ ਅਸੀਂ ਉਸ ਫਤਵੇ ਨੂੰ ਮਨਜ਼ੂਰ ਕਰਾਂਗੇ। ਸਰਕਾਰ ਮੋਦੀ ਸਾਹਿਬ ਦੇ ਬਾਨੀ ਆ, ਮੋਦੀ ਸਾਹਿਬ ਜਿਨ੍ਹਾਂ ਦੀ ਪਛਾਣ ਅੱਜ ਵਿਸ਼ਵ ਪੱਧਰ ਤੇ ਆ, ਹਿੰਦੁਸਤਾਨ ਨੂੰ ਕਿਵੇਂ ਅੱਗੇ ਲੈ ਕੇ ਗਏ ਆਪਾਂ ਸਾਰੇ ਜਾਣਦੇ ਹਾਂ। ਅੱਜ ਸਾਰੇ ਵਿਸ਼ਵ ਦੀਆਂ ਨਜ਼ਰਾਂ ਵੀ ਭਾਰਤ ਔਰ ਭਾਰਤ ਦੇ ਵਿੱਚ ਮੋਦੀ ਸਾਹਿਬ ਦੇ ਉੱਤੇ ਲੱਗੀਆਂ ਹੋਈਆਂ ਨੇ। ਇਸ ਕਰਕੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੀ ਸਰਕਾਰ ਅਸੀਂ ਫਿਰ ਮੋਦੀ ਸਾਹਿਬ ਤੇ ਬਣਾਵਾਂਗੇ। ਤੁਹਾਨੂੰ ਪੂਰੀ ਆਸ ਹੈ ਕਿ ਮੋਦੀ ਸਰਕਾਰ ਬਣੇਗੀ, ਪਰ 400 ਪਾਰ ਦਾ ਜਿਹੜਾ ਨਾਰਾ ਹੈ ਉਹ
ਜਿਹੜਾ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਤੇ ਕੁਲਜੀਤ ਜੀ, ਕਿਤੇ ਨਾ ਕਿਤੇ ਜੋ ਇੰਡੀ ਗਠਬੰਧਨ ਨੇ ਹੁਣ ਤੱਕ ਜੋ ਰੁਝਾਨ ਨਜ਼ਰ ਆ ਰਹੇ ਨੇ, ਬਹੁਤ ਵਧੀਆ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ 226 ਸੀਟਾਂ ਤੇ ਬੜਤ ਬਣਾਏ ਹੋਏ ਨੇ। ਕੀ ਲੱਗਦਾ ਕਿ ਤੁਸੀਂ ਬਹੁਮਤ ਦਾ ਆਂਕੜਾ ਹਾਸਿਲ ਕਰ ਪਾਓਗੇ? ਕੁਲਜੀਤ ਜੀ ਮੈਨੂੰ ਲੱਗਦਾ ਚਲੇ ਗਏ ਨੇ। ਤੇ ਕੁਲਜੀਤ ਜੀ ਚਲੇ ਗਏ ਨੇ ਤੇ ਮਲਹੋਤਰਾ ਸਾਹਿਬ, ਦੇਖੋ ਜੀ ਹਜੇ ਅੱਧੀਆਂ ਕੁ ਵੋਟਾਂ ਕਾਊਂਟ ਹੋਈਆਂ ਨੇ ਔਰ ਇੰਡੀਆ ਗਠਬੰਧਨ ਬਹੁਤ ਤਗੜੀ ਟੱਕਰ NDA ਨੂੰ ਦੇ ਰਿਹਾ ਹੈ। ਤੁਸੀਂ ਆਉਣ ਵਾਲੇ ਸਮੇਂ ਸ਼ਾਮ ਤੱਕ ਦੇਖੋਗੇ, ਜਦੋਂ ਤੱਕ ਸਾਰੀ ਕਾਊਂਟਿੰਗ ਕੰਪਲੀਟ ਹੋਏਗੀ ਉਦੋਂ ਤੱਕ ਇੰਡੀਆ ਗਠਬੰਧਨ ਜਿਹੜਾ ਉਹ ਜੇਤੂ ਦੇ ਰੂਪ ਵਿੱਚ ਉਭਰੇਗਾ ਔਰ ਦੇਸ਼ ਦੇ ਵਿੱਚ ਸਰਕਾਰ ਬਣਾਏਗਾ। ਔਰ ਬਾਕੀ ਜਿੱਥੇ ਤੱਕ ਜਿੰਨੀ ਕੁ ਇੱਜ਼ਤ ਭਾਜਪਾ ਵਾਲੇ ਸੰਵਿਧਾਨ ਨੂੰ ਦਿੰਦੇ ਨੇ ਉਹ ਸਪਸ਼ਟ ਹੋ ਗਈ ਕਿ ਇਹਨਾਂ ਦੇ ਪ੍ਰੋਫੈਸਰ ਸਾਹਿਬ ਜਿਹੜੇ ਕਿ ਪਤਾ ਨੀ ਕਿੰਨੀਆਂ ਕਿਤਾਬਾਂ ਇਹਨਾਂ ਨੇ ਪੜ੍ਹੀਆਂ ਹੋਣੀਆਂ ਤੇ ਹੋ ਸਕਦਾ ਲਿਖੀਆਂ ਵੀ ਹੋਣ, ਉਹ ਅੱਜ ਇੱਥੇ ਬਹਿ ਕੇ ਸੰਵਿਧਾਨ ਦੇ ਖਿਲਾਫ ਗੱਲ ਕਰ ਰਹੇ ਸਨ ਕਿ ਸੰਵਿਧਾਨ ਕਹਿੰਦਾ ਹੈ ਕਿ ਜਿਹੜੇ ਜੇਤੂ ਉਮੀਦਵਾਰ ਨੇ ਉਹ ਆਪਣਾ ਲੀਡਰ ਚੁਣਦੇ ਹੁੰਦੇ ਨੇ ਤੇ ਇਹ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਤਾਂ ਪਹਿਲਾਂ ਹੀ ਥੋਪ ਦਿੰਦੇ ਹੁੰਦੇ ਹਾਂ। ਸੋ ਇਹਨਾਂ ਦੇ ਭਾਜਪਾ ਦੀ ਸੋਚ ਜਿਹੜੀ ਹੈ ਉਹ ਪਹਿਲਾਂ ਹੀ ਕਲੀਅਰ ਹੋ ਜਾਂਦੀ ਹੈ। ਬਾਕੀ ਔਰਤਾਂ ਦੇ ਜਵਾਬ ਦੇਣ, ਇਹ ਔਰਤਾਂ ਦੇ ਬਾਰੇ ਚ ਬੜਾ ਦੁੱਖ ਪ੍ਰਗਟ ਕਰ ਰਹੇ ਸੀਗੇ, ਉਸ ਔਰਤ ਦੇ ਬਾਰੇ ਜਿਹੜੀ ਬਿਨਾਂ ਅਪੁਆਇੰਟਮੈਂਟ ਔਰ ਬਿਨਾਂ ਪਰਮਿਸ਼ਨ ਦੇ ਇੱਕ CM ਦੇ ਘਰ ਵਿੱਚ ਵੜ ਗਈ ਔਰ ਬਾਕੀ ਪ੍ਰਧਾਨ ਮੰਤਰੀ ਉਸੀ ਨੂੰ ਹੀ ਪ੍ਰਮੋਟ ਕਰ ਰਿਹਾ ਸੀ ਉਹਦੇ ਸਟੇਜ ਤੇ ਜਾ ਕੇ। 42 ਦਿਨ ਲਾ ਤੇ ਤੁਸੀਂ ਮਣੀਪੁਰ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਨੰਗਾ ਕਰਕੇ ਤੁਹਾਡੇ ਲੀਡਰਾਂ ਨੇ ਘੁਮਾਇਆ, ਉੱਥੇ FIR ਕਰਨ ਚ 42 ਦਿਨ ਤੁਸੀਂ ਲਾ ਤੇ। ਮਲਹੋਤਰਾ ਸਾਹਿਬ ਜ਼ਰੂਰ ਜਾਵਾਂਗੇ, ਮਣੀਪੁਰ ਦੇ ਵਿੱਚ ਵੀ ਜ਼ਰੂਰ ਜਾਵਾਂਗੇ। ਪਹਿਲਾਂ ਆਪਾਂ ਤਰਨ ਤਾਰਨ ਵਾਲੇ ਪਾਸੇ ਨੂੰ ਨਾ ਚੱਕਰ ਮਾੜਾ ਜਿਹਾ ਨਜ਼ਰ ਮਾਰ ਲਈਏ ਤੇ ਉੱਥੇ ਕੀ ਹੋਇਆ ਸੀ ਅੱਜ ਤੋਂ 1-2 ਮਹੀਨੇ ਪਹਿਲਾਂ ਤੁਹਾਡੀ ਸਰਕਾਰ ਦੇ ਵਿੱਚ ਹੁੰਦਿਆਂ ਹੋਇਆ ਵੀ ਉੱਥੇ ਇੱਕ ਬੀਬੀ ਨੂੰ ਜਲੀਲ ਕੀਤਾ ਗਿਆ, ਉਹ ਵੀ ਦਲਿਤ ਮਹਿਲਾ ਨੂੰ, ਉਹਦੇ ਬਾਰੇ ਤੁਸੀਂ ਬਿਲਕੁਲ ਖਾਮੋਸ਼ ਹੋ। ਆਪਣੇ MP ਬਾਰੇ ਬੋਲ ਦਿਓ, 200 ਔਰਤਾਂ ਨਾਲ ਕੀਤਾ ਤੁਸੀਂ, ਤੁਸੀਂ ਉੱਥੇ ਕੁਝ ਹੋਇਆ ਤਰਨ ਤਾਰਨ ਕਿ ਨਹੀਂ ਹੋਇਆ? ਤੁਹਾਡੇ MP ਦੀਆਂ ਤਾਂ ਵੀਡੀਓ ਸਾਹਮਣੇ ਆ ਰਹੀਆਂ ਨੇ, ਉਸਦੇ ਬਾਰੇ ਕੁਝ ਬੋਲ ਦਿਓ। ਤੁਹਾਡੇ ਕੋਲ ਇੱਥੇ ਕੁਝ ਬੋਲ ਦਿਓ ਤੁਸੀਂ, ਤੁਸੀਂ ਤਾਂ ਅਸ਼ਲੀਲਤਾ ਦੇ ਵੀ ਹੱਦਾਂ ਬੰਨੇ ਟੱਪ ਚੁੱਕੇ ਹੋ। ਮਲਹੋਤਰਾ ਸਾਹਿਬ ਔਰਤਾਂ ਨਾਲ ਤੁਹਾਡਾ MP ਕਰ ਰਿਹਾ ਹੈ, ਤੁਹਾਡਾ ਪ੍ਰਧਾਨ ਮੰਤਰੀ ਉਹਨਾਂ ਦੇ ਕੀਤਾ ਨਹੀਂ ਕੀਤਾ ਪਤਾ ਹੀ ਨਹੀਂ, ਨਾ ਕਿ ਤੁਹਾਡੀ ਪਾਰਟੀ ਨੂੰ ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਜਿਹੜੇ ਝੂਠ ਪਲੋਸ ਰਹੇ ਹੋ। ਪ੍ਰੋਫੈਸਰ ਸਾਹਿਬ ਸਾਹਮਣੇ ਇਹ ਕੱਲ ਪਰਸੋਂ ਹੀ ਇੱਕ ਤੁਹਾਡੇ ਮਿਨਿਸਟਰ ਦੀ ਵੀਡੀਓ ਵਾਇਰਲ ਹੋਈ, ਉਹ ਉਹਨਾਂ ਦੇ ਵੀਡੀਓ ਚੁੱਕੇ ਜਿਹੜੇ ਤੁਹਾਡੇ MP ਦੇ ਨਾਲ ਇਨਵੋਲਡ ਹੈ। ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਤੁਹਾਡਾ ਆਪਣਾ ਮਿਨਿਸਟਰ ਜਿਹੜਾ ਵਾ, 2 ਮਿਨਿਸਟਰਾਂ ਦੀਆਂ ਵੀਡੀਓਸ ਵਾਇਰਲ ਹੋ ਚੁੱਕੀਆਂ ਨੇ, ਕਦੇ ਉਹਨਾਂ ਬਾਰੇ ਵੀ ਕਦੇ ਅਸ਼ਲੀਲਤਾ ਦੀ ਹੱਦਾਂ ਬੰਨੇ ਟੱਪ ਚੁੱਕੇ ਨੇ, ਉਹਨਾਂ ਬਾਰੇ ਵੀ ਕੁਝ ਬੋਲ ਦਿਓ, ਕੁਝ ਐਕਸ਼ਨ ਹੀ ਲੈ ਲਓ ਯਾਰ। ਪੰਜਾਬ ਵਾਲਿਆਂ ਨੂੰ ਆਪਣੀ ਜਿਹੜੀ ਪੰਜਾਬ ਦੇ ਕਿਰਦਾਰ ਤਾਂ ਉਹਨਾਂ ਵਿਖਾ ਦਿਓ ਕਿ ਹਾਂ ਸਾਡੇ ਜੀ ਵੀ ਕਿਰਦਾਰ ਹੈਗੇ ਆ। ਤੁਸੀਂ ਤਾਂ ਪੰਜਾਬੀਆਂ ਦੀ ਕਿਰਦਾਰ ਕਿਹੜਾ ਕੀਤਾ ਯਾਰ, ਤੁਹਾਡੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਸੀ, ਹੁਣ ਤੱਕ ਕੋਈ ਤੱਕ ਕਿਉਂ ਨਾ ਕੀਤਾ, ਹੁਣ ਤੱਕ ਕਿਉਂ ਨਾ ਕੀਤਾ, ਜਦੋਂ ਕੇਸ ਆਇਆ ਇਲੈਕਸ਼ਨ ਕਮਿਸ਼ਨ ਦੇ ਅੰਦਰ ਸਾਰਾ ਪ੍ਰਸ਼ਾਸਨ ਕਰਦੇ ਕਾਰਵਾਈ,
ਅਸੀਂ ਕਰਾਂਗੇ ਬਸ ਤੁਹਾਡੇ ਕੋਲ ਕਰਾਂਗੇ ਹੀ ਤਾਂ ਕਰਾਂਗੇ ਤੋਂ ਇਲਾਵਾ ਤੁਹਾਨੂੰ ਕੁਛ ਨਹੀਂ ਜਨਾਬ ਤੁਸੀਂ ਕੀ ਕਰ ਲਿਆ जन्मभूमि है और मैं यहाँ लोगों की सेवा में तत्पर रहूंगी और जिस तरह से मोदी जी का सपना है सबका साथ सबका विकास है उसमें मैंने हमेशा से कहा उनकी सेना बनकर काम करूंगी तो आई एम नॉट गोइंग एनी वेयर और हो सकता है किसी और को अपने बस्ते अब पैक करके है वो कहीं जाना पड़े लेकिन आई एम नॉट गोइंग एनी वेयर कंगना रनौत जो है वो कह रही है वो मोदी जी की सेना बनकर काम करेंगी तो प्रोफेसर साहब इस वक्त इस बार पंजाब दे विच बहुत सारे जेडे मुद्दे सी चोणा दे विच अनगोले रहे ने SYL दा मुद्दा किते नजर नहीं आया बरगाड़ी किते नजर नहीं आया चंडीगढ़ दा मुद्दा किते नजर नहीं आया ये सारे मुद्दे किते ना किते नदारद रहे ने ਵੀਰ ਜੀ ਇਹਨਾਂ ਨੇ ਲੋਕਲ ਮੁੱਦਿਆਂ ਨੂੰ ਤਾਂ ਛੇੜਿਆ ਹੀ ਨਹੀਂ ਜੀ ਲੋਕਲ ਮੁੱਦਿਆਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪੰਜਾਬ ਦਾ ਸਾਰਾ ਮੀਡੀਆ ਹੀ ਤੁਹਾਨੂੰ ਪਤਾ ਕੇਜਰੀਵਾਲ ਔਰ ਕੁਮਾਰ ਜੀ ਨੇ ਕਿਵੇਂ ਆਪਣੇ ਆਪ ਤੇ ਕੰਟਰੋਲ ਕੀਤਾ ਹੋਇਆ ਮਲਹੋਤਰਾ ਸਾਹਿਬ ਇੱਕ ਮਿੰਟ ਹੋਰ ਲੈਣਾ ਤੁਹਾਡਾ ਜੀ ਜੀ ਪ੍ਰੋਫੈਸਰ ਸਾਹਿਬ ਅਜੀਤ ਜੀ ਟੀਵੀ ਦੇ ਨਾਲ ਜੋ ਕੁਝ ਕੀਤਾ ਅਜੀਤ ਅਖਬਾਰ ਨਾਲ ਜੋ ਕੁਝ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੋਈ ਵੀ ਖਬਰ ਚੱਲਦੀ ਹੋਵੇ ਇਹ ਪੰਜਾਬ ਗਵਰਨਮੈਂਟ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵਾਲੇ ਉਸੇ ਵੇਲੇ ਹੀ ਤੁਹਾਡੇ ਬਿਕਾਊ ਮੀਡੀਆ ਦੀ ਐਗਜ਼ਿਟ ਪੋਲ ਅੱਜ ਕੀ ਹਾਲ ਹੋਇਆ ਪਿਛਲੇ 10 ਸਾਲ ਕਰਦੇ ਰਹੇ ਸਰਦਾਰ ਜੀ ਨਾਰਾਜ਼ ਨਾ ਹੋ ਗਰਮ ਹੋਣ ਦੀ ਲੋੜ ਨਹੀਂ ਆਪਾਂ ਸਹਿਜ ਨਾਲ ਗੱਲ ਕਰੀਏ ਹੋ ਰਿਹਾ ਜੀ ਤੁਹਾਡਾ ਝੂਠ ਪਕੜ ਰਹੇ ਆ ਤੁਸੀਂ ਤੁਹਾਡਾ ਉਹ ਪਕੜ ਰਹੇ ਆ ਪਿਛਲੇ 10 ਸਾਲ ਜਿਹੜਾ ਝੂਠ ਹਾਲ ਕੀਤਾ ਬਹੁਤ ਚਾਰ ਦੇ ਨੇ ਤੁਹਾਨੂੰ ਮੀਡੀਆ ਦਾ ਹਾਲ ਕੀਤਾ ਸਭ ਨੂੰ ਪਤਾ ਹੈ ਤੁਸੀਂ ਪਿਛਲੇ 10 ਸਾਲ ਚ ਜੋ ਮੀਡੀਆ ਦਾ ਹਾਲ ਕੀਤਾ ਸਭ ਨੂੰ ਪਤਾ ਹੈ ਮਲਹੋਤਰਾ ਸਾਹਿਬ ਤੇ ਪ੍ਰੋਫੈਸਰ ਸਾਹਿਬ ਪੰਜਾਬ ਦੀ ਜਨਤਾ ਤੁਹਾਡੇ ਦੋਨਾਂ ਤੋਂ ਇਹ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਤੁਸੀਂ ਦੋਨਾਂ ਨੇ ਮਿਲ ਕੇ ਅੰਮ੍ਰਿਤਪਾਲ ਤੇ NSA ਲਗਾਇਆ ਤੇ ਅੱਜ ਅੰਮ੍ਰਿਤਪਾਲ ਲੀਡ ਕਰ ਰਹੇ ਨੇ ਕਿਤੇ ਤੁਹਾਡਾ ਜਿਹੜਾ ਫੈਸਲਾ ਸੀਗਾ ਉਹ ਗਲਤ ਸੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਮਸਲਾ ਪੰਜਾਬ ਸਰਕਾਰ ਦਾ ਹੈ ਸਾਡਾ ਨਹੀਂ ਪੰਜਾਬ ਸਰਕਾਰ ਨੇ ਸਾਡੇ ਕੋਲ ਜੇਕਰ ਸੁਰੱਖਿਆ ਬਲ ਦੀ ਮੰਗ ਕੀਤੀ ਉਹ ਅਸੀਂ ਪ੍ਰੋਵਾਈਡ ਕਰਨ ਵਾਸਤੇ ਪਾਬੰਦ ਆ ਅਰੈਸਟ ਕਰਕੇ ਡਿਬਰੂਗੜ੍ਹ ਲੈ ਗਏ ਡਿਬਰੂਗੜ੍ਹ ਸਾਡੇ ਅੰਡਰ ਤਾਂ ਨਹੀਂ ਹੈ ਕੇਂਦਰ ਜਿਹੜੀ ਹੈ ਕੇਂਦਰ ਨੇ ਕੀਤੀ ਸੀਗੀ ਠੀਕ ਹੈ ਪੰਜਾਬ ਦੀ ਜਨਤਾ ਰਿਜੈਕਸ਼ਨ ਦੀ ਮੋਹਰ ਲੱਗੀ ਹੈ ਉਹ ਮਲਹੋਤਰਾ ਸਾਹਿਬ ਸੈਂਟਰ ਦੀ ਕਾਰਵਾਈ ਹੈ ਤੁਹਾਡਾ ਹੱਥ ਹੀ ਕੋਈ ਨੀ ਹੈਗਾ ਤੁਸੀਂ ਇਹਦੇ ਵਿੱਚ ਤੁਹਾਡਾ ਰੋਲ ਹੀ ਭੂਮਿਕਾ ਜਨਾਬ ਡਿਬਰੂਗੜ੍ਹ ਸਾਡੇ ਅੰਡਰ ਹੈ ਪੱਤਾ ਛੱਡਦੇ ਨਹੀਂ ਚਾਹੀਦੀ ਹੈ ਡਿਬਰੂਗੜ੍ਹ ਸਾਡੇ ਅੰਡਰ ਹੈ ਕਿ ਕੇਂਦਰ ਦੇ ਅੰਡਰ ਹੈ ਤੁਹਾਨੂੰ ਇਸੇ ਗੱਲ ਤੇ ਉੱਤੇ ਪੱਤਾ ਛੱਡਦੇ ਨਹੀਂ ਚਾਹੀਦੀ ਹੈ ਕਿ ਨਹੀਂ ਵੀ ਸਾਡਾ ਵਸ ਚ ਹੈ ਹੀ ਨਹੀਂ ਅਸੀਂ ਸੱਤਾ ਛੱਡਦੇ ਹਾਂ ਲੈ ਤੁਸੀਂ ਚਲਾ ਲਓ ਤੁਸੀਂ ਤਾਂ ਚਾਹੁੰਦੇ ਹੀ ਇਹ ਹੋ ਕਿ ਸਾਰੇ ਵਿਰੋਧੀ ਪਾਰਟੀਆਂ ਤੁਹਾਡੀ ਕਾਬਲੀਅਤ ਤੁਹਾਡੀ ਕਾਬਲੀਅਤ
ਤੁਹਾਡੀ ਪਾਰਟੀ ਭ੍ਰਿਸ਼ਟਾਚਾਰ ਦਾ ਨਾਂ ਲਿਆ ਕਰੇ, ਤੁਸੀਂ ਤਾਂ ਚਾਹੁੰਦੇ ਹੀ ਇਹ ਹੋ। ਮਲਹੋਤਰਾ ਸਾਹਿਬ, ਇੱਕ ਮੁੱਦਾ ਹੋਰ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ, ਬਸ ਆਖਰੀ ਸਵਾਲ ਹੈ ਤੁਹਾਡੇ ਤੋਂ, ਕਿ ਨਸ਼ੇ ਦੇ ਮੁੱਦੇ ਤੇ ਜਨਤਾ ਤ੍ਰਸਤ ਹੈ, ਇਹ ਇਲੈਕਸ਼ਨ ਵੀ ਲੜਿਆ ਗਿਆ ਉਹਦੇ ਤੇ। ਮੈਂ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਇਹ ਕੁਐਸਚਨ ਐਡਰੈਸ ਕਰਨ ਕਿ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਆ ਕਿੱਥੋਂ ਰਿਹਾ। ਇਹ ਕਲੀਅਰ ਹੋ ਜਾਊਗਾ ਕਿ ਸਭ ਤੋਂ ਵੱਧ ਨਸ਼ਾ ਭਾਜਪਾ ਦੇ ਦੋਸਤਾਂ ਦੇ ਪ੍ਰਾਈਵੇਟ ਪੋਰਟਾਂ ਰਾਹੀਂ ਗੁਜਰਾਤ ਤੋਂ ਆ ਰਿਹਾ। ਤਿੰਨ ਤਿੰਨ ਟਨ ਨਸ਼ਾ ਜਿਹੜਾ ਹੈ ਉਹ ਦੇਸ਼ ਦੇ ਵਿੱਚ ਐਂਟਰ ਹੋ ਰਿਹਾ ਹੈਗਾ। ਪੰਜਾਬ ਵਿੱਚ ਤਾਂ ਕਿਲੋ, ਦੋ ਕਿਲੋ, ਢਾਈ ਕਿਲੋ ਫੜਿਆ ਜਾਂਦਾ ਹੈ, ਉੱਥੋਂ ਤਿੰਨ ਤਿੰਨ ਟਨ ਆ ਰਿਹਾ ਹੈ। ਔਰ ਕਿਉਂ ਆ ਰਿਹਾ? ਸਿਰਫ ਗੁਜਰਾਤ ਤੋਂ ਹੀ ਕਿਉਂ ਆ ਰਿਹਾ? ਔਰ ਜਿਹੜੇ ਪ੍ਰਾਈਵੇਟ ਪੋਰਟ ਨੇ ਉੱਥੋਂ ਹੀ ਕਿਉਂ ਆ ਰਿਹਾ? ਇਸ ਤੋਂ ਸਪਸ਼ਟ ਹੋ ਜਾਂਦਾ ਕਿ ਭਾਜਪਾ ਤੇ ਭਾਜਪਾ ਦੇ ਦੋਸਤ ਜਿਹੜੇ ਨੇ ਉਹ ਦੇਸ਼ ਵਿੱਚ ਨਸ਼ਾ ਵਿਕਵਾ ਰਹੇ ਨੇ, ਦੇਸ਼ ਵਿੱਚ ਨਸ਼ਾ ਮੰਗਵਾ ਰਹੇ ਨੇ। ਸੋ ਇਹ ਸਭ ਤੋਂ ਵੱਡੇ ਦੋਸ਼ੀ ਇਸਦੇ ਭਾਜਪਾ ਤੇ ਭਾਜਪਾ ਦੇ ਦੋਸਤ ਨੇ। ਮੈਨੂੰ ਹੈਰਾਨੀ ਹੁੰਦੀ ਮਲਹੋਤਰਾ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਪਹਿਲੀ ਗੱਲ ਤੇ ਅਮਨ ਕਾਨੂੰਨ ਔਰ ਇਹ ਜਿਹੜਾ ਲਾਅ ਆਰਡਰ ਸਾਰਾ ਕੁਝ ਪੰਜਾਬ ਗਵਰਨਮੈਂਟ ਦੇ ਅਧੀਨ ਆ। ਪੰਜਾਬ ਦੇ ਵਿੱਚ ਨਸ਼ਾ ਜੇ ਇੰਨਾ ਪਸਾਰਾ ਹੋ ਰਿਹਾ ਹੈ, ਇਹਦੇ ਵਾਸਤੇ ਸੈਂਟਰ ਨਹੀਂ ਸਾਡੇ ਅਧੀਨ ਨਹੀਂ ਹੈ, ਮੱਧ ਪ੍ਰਦੇਸ਼ ਸਾਡੇ ਅਧੀਨ ਨਹੀਂ ਹੈ, ਉੱਤਰ ਪ੍ਰਦੇਸ਼ ਸਾਡੇ ਅਧੀਨ। ਅੱਛਾ, ਬਾਰਡਰ ਜਿਹੜਾ, ਬਾਰਡਰ ਤਾਂ ਤੁਹਾਡੇ ਅਧੀਨ ਹੈ, ਇਹ ਬਾਰਡਰ ਤੁਹਾਡੇ ਅਧੀਨ ਹੈ ਕਿ ਨਹੀਂ? ਪੰਜਾਬ ਦੇ ਬਾਰਡਰ ਨੂੰ ਵਾਟਰ ਟਾਈਟ ਨਹੀਂ ਕੀਤਾ ਜਾ ਸਕਦਾ, ਇਹ ਸਾਰਾ ਹਰ ਕੋਈ ਜਾਣਦਾ ਹੈ। ਪੰਜਾਬ ਦੇ ਬਾਰਡਰ ਨੂੰ ਵਾਟਰ ਟਾਈਟ ਨਹੀਂ ਕੀਤਾ ਜਾ ਸਕਦਾ। ਔਰ ਇਹ ਤਰ੍ਹਾਂ ਦਾ ਪਾਰਟੀ ਸਰਕਾਰ ਦਾ ਇਨਵੋਲਡ ਹੈ, ਪਾਰਟੀ ਜੇ ਇਸੇ ਹਾਰ ਮੰਨ ਕੇ ਪੰਜਾਬ 'ਚ ਨਸ਼ਾ ਧੱਕਣ ਵਿੱਚ ਮਲਹੋਤਰਾ ਸਾਹਿਬ ਤੁਸੀਂ ਸਰਦਾਰ ਦੀ ਹਾਰ ਮੰਨ ਚੁੱਕੇ ਹੋ, ਬਿਹਤਰ ਆ ਤੁਸੀਂ ਆਪਣਾ ਨਾ ਬੋਰੀਆ ਬਿਸਤਰਾ ਗੋਲ ਕਰਕੇ ਘਰ ਨੂੰ ਚਲੇ ਜਾਓ। ਰਾਜ ਸਰਕਾਰ ਸਾਡੇ ਤੇ ਛੱਡੋ, ਅਸੀਂ ਆਪੇ ਚਲਾ ਲਾਂਗੇ ਜੇ ਤੁਹਾਡੇ ਕੋਲ ਸਰਕਾਰ ਨਹੀਂ ਚੱਲਦੀ ਤਾਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਮਲਹੋਤਰਾ ਸਾਹਿਬ ਤੇ ਪ੍ਰੋਫੈਸਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਨਾਲ ਬਣੇ ਤੇ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਤੇ ਇਸ ਵਕਤ ਜੋ ਮੌਜੂਦਾ ਜੋ ਚੋਣ ਰੁਝਾਨ ਆ ਰਹੇ ਨੇ, ਤੇ 543 ਦੇ 543 ਚੋਣ ਰੁਝਾਨ ਆ ਚੁੱਕੇ ਨੇ, ਜਿਹਦੇ ਵਿੱਚ NDA 288 ਸੀਟਾਂ ਤੇ ਬੜਤ ਬਣਾਏ ਹੋਏ ਹੈ ਤੇ ਇੰਡੀ ਗਠਬੰਧਨ ਜੋ ਹੈ 232 ਸੀਟਾਂ ਤੇ ਲੀਡ ਕਰ ਰਿਹਾ ਹੈ। ਜੇ ਅਦਰਸ ਦੀ ਗੱਲ ਕਰੀਏ ਤਾਂ ਅਦਰਸ 23 ਸੀਟਾਂ ਤੇ ਜੋ ਹੈ ਉਹ ਲੀਡ ਕਰ ਰਹੇ ਨੇ। ਤੇ ਮੌਜੂਦਾ ਜੋ ਇਸ ਸਮੇਂ ਦੇ ਵਿੱਚ ਹਾਲਾਤ ਨੇ, NDA 288, ਇੰਡੀ ਗਠਬੰਧਨ 232 ਸੀਟਾਂ ਤੇ ਲੀਡ ਬਣਾਏ ਹੋਏ ਹੈ ਤੇ ਅਦਰਸ ਦੀ ਗੱਲ ਕਰੀਏ ਤਾਂ ਅਦਰਸ ਜੋ ਹੈ 23 ਸੀਟਾਂ ਤੇ ਲੀਡ ਬਣਾਏ ਹੋਏ ਹੈ। ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਟੈਲੀ ਦੀ ਗੱਲ ਕਰੀਏ ਤਾਂ 3 ਸੀਟਾਂ ਤੇ ਬੜਤ ਬਣਾਏ ਹੋਏ ਹੈ ਤੇ ਸ਼੍ਰੋਮਣੀ ਅਕਾਲੀ ਦਲ ਜੋ ਹੈ ਉਹ 2 ਸੀਟਾਂ ਤੇ ਆਪਣੀ ਬੜਤ ਬਣਾਇਆ ਹੋਇਆ ਤੇ ਕਾਂਗਰਸ ਪਾਰਟੀ ਜਿਹੜੀ ਹੈ 6 ਸੀਟਾਂ ਤੇ ਬੜਤ ਬਣਾਈ ਹੋਈ ਹੈ। ਤੇ ਫਰੀਦਕੋਟ ਅਤੇ ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਤੇ ਇਸ ਵਕਤ ਦੀ ਵੱਡੀ ਬ੍ਰੇਕਿੰਗ ਹੈ ਅੰਮ੍ਰਿਤਸਰ ਤੋਂ, ਗੁਰਜੀਤ ਸਿੰਘ ਔਜਲਾ 62,712 ਵੋਟਾਂ ਨਾਲ ਅੱਗੇ ਹੋ ਚੁੱਕੇ ਨੇ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਜੋ ਨੇ ਉਹ ਹੈਟ੍ਰਿਕ ਮਾਰ ਰਹੇ ਨੇ, ਲਗਭਗ 64,000 ਵੋਟਾਂ ਤੋਂ ਅੱਗੇ ਚੱਲ ਰਹੇ ਨੇ। ਤੇ ਗੁਰਨਾਲ ਹੀ ਗੁਰਦਾਸਪੁਰ ਤੋਂ 13,000 ਵੋਟਾਂ ਨਾਲ ਸੁਖਜਿੰਦਰ ਰੰਧਾਵਾ ਅੱਗੇ ਚੱਲ ਰਹੇ ਨੇ, ਗੁਰਜੀਤ ਸਿੰਘ ਔਜਲਾ ਲਗਭਗ 62,000 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਜਿਹੜਾ ਕਿ ਰਾਜਸਥਾਨੀ ਦੱਸੀ ਜਾਂਦੀ ਆਮ ਆਦਮੀ ਪਾਰਟੀ ਦੀ, ਸੰਗਰੂਰ ਤੋਂ ਲਗਭਗ 70,000 ਵੋਟਾਂ ਤੋਂ ਅੱਗੇ ਚੱਲ ਰਹੇ ਨੇ।
ਗੁਰਮੀਤ ਸਿੰਘ ਮੀਤ ਹੇਅਰ ਮੌਜੂਦਾ ਮੰਤਰੀ ਨੇ, ਖੇਡ ਮੰਤਰੀ ਨੇ ਸੰਗਰੂਰ ਤੋਂ 70,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਸੰਗਰੂਰ ਸੀਟ ਦੇ ਵਿੱਚ ਬੜਾ ਫਸਮਾ ਮੁਕਾਬਲਾ ਸੀਗਾ। ਖਹਿਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੀਗੇ ਸੁਖਪਾਲ ਖਹਿਰਾ, ਇਕਬਾਲ ਸਿੰਘ ਝੁੰਦਾ ਜੋ ਸੀ ਸ਼੍ਰੋਮਣੀ ਅਕਾਲੀ ਦਲ ਤੋਂ, ਔਰ ਗੱਲ ਕਰੀਏ ਅਗਰ ਭਾਰਤੀ ਜਨਤਾ ਪਾਰਟੀ ਤੋਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਕਿਤੇ ਨਜ਼ਰ ਨਹੀਂ ਆ ਰਹੇ। ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਲਗਭਗ 70,000 ਵੋਟਾਂ ਨਾਲ ਅੱਗੇ ਚੱਲ ਰਹੇ ਨੇ।